ਸਾਹਿਤਿਕ ਸੰ ਜਿਹੜੀ ਘਰ ਦੇ ਬਾਪੂ ਦੀਆਂ ਬਾਤਾਂ ਚ ਉਠਦੀ ਆ ਮਾਂ ਦੀ ਗੋਦ ਦੇ ਵਿੱਚ ਬੈਠ ਕੇ ਸੁਣੀਆਂ ਬਾਤਾਂ ਤੋਂ ਉਠਦੀ ਆ ਪਾਟ ਗਏ ਕੁਝ ਉੱਧੜੇ ਕੁਝ ਸੰਭ ਲਏ ਸਿਉਂ ਰੱਖ ਲਏ ਜ਼ਿੰਦਗੀ ਗੁਜ਼ਰੇਗੀ ਬਸ ਰਿਸ਼ਤੇ ਰਫੂਹੀ ਕਰਦਿਆਂ ਤੁਹਾਨੂੰ ਉਹ ਮੁਹੱਬਤ ਜਿਹੜੀ ਦੁਨਿਆਵੀ ਮੁਹੱਬਤ ਆ ਜਾਂ ਲੋਕਾਂ ਦੀ ਆਪਸ ਦੇ ਵਿੱਚ ਕੋਈ ਗੱਲਬਾਤ ਆ ਜਿਹਨੂੰ ਲੋਕ ਮੁਹੱਬਤ ਦਾ ਨਾਮ ਦਿੰਦੇ ਆ ਹਾਂਜੀ ਤੁਹਾਨੂੰ ਲੱਗਦਾ ਕਿ ਇਹ ਉਹ ਮੁਹੱਬਤ ਆ ਜਾਂ ਉਸ ਤੋਂ ਮੁਹੱਬਤ ਇੱਕ ਆਪ ਦੇ ਆਪ ਨੂੰ ਇਹ ਹੁੰਦਾ ਵੀ ਕਿਸੇ ਨੂੰ ਆਪਾ ਆਪਦੇ ਸਾਰਾ ਕੁਝ ਦਾਨ ਕਰ ਦੇਣਾ ਜਾਂ ਅੰਦਰਲੇ ਖਿਆਲ ਜਾਂ ਆਪਣੇ ਮਾਨਸਿਕ ਹਾਂ ਇੱਕ ਸਮਰਪਣ ਕਰ ਦੇਣਾ ਉਹ ਹੁੰਦੀ ਹੈ ਅਸਲੀ ਮੁਹੱਬਤ ਤਵਾ ਜਦ ਕਰ ਮੇਰੇ ਅਕਸਰ ਹੀ ਠੰਡਾ ਹੋਣ ਲੱਗਦਾ ਹੈ ਮੈਂ ਕੁਝ ਰੀਜਾਂ ਨੂੰ ਕੱਢ ਕੇ ਦਿਲ ਚੋਂ ਚੁੱਲ੍ਹੇ ਬਾਲ ਦਿੰਦਾ ਹਾਂ ਵਾਹ ਤੇਰੇ ਬਾਝੋਂ ਮੇਰਾ ਬਿੰਦ ਵੀ ਸਰਦਾ ਨਹੀਂ ਤੇਰੇ ਬਾਝੋਂ ਮੇਰਾ ਬਿੰਦ ਵੀ ਸਰਦਾ ਨਹੀਂ ਐਨਾ ਪਿਆਰ ਤਾਂ ਬੰਦਾ ਰੱਬ ਨੂੰ ਕਰਦਾ ਨਹੀਂ ਮੈਂ ਹੀ ਮਰਜ਼ ਕਸੂਤਾ ਲਾ ਲਿਆ ਦੀਦਿਆਂ ਨੂੰ ਮੈਂ ਹੀ ਮਰਜ ਕਸੂਤਾ ਲਾ ਲਿਆ ਦੀਦਿਆਂ ਨੂੰ ਵੇਖ ਵੇਖ ਕੇ ਤੈਨੂੰ ਇਹ ਦਿਲ ਪਰਦਾ ਨਹੀਂ ਸਵਾਗਤ ਕਰਦੀਆਂ ਜੀ ਤੁਹਾਡਾ ਸਾਹਿਤਿਕ ਤੰਦਾਂ ਦੇ ਵਿੱਚ ਤੇ ਮੈਂ ਡਾਕਟਰ ਵੀ ਰਵਿਨਾਥ ਅੱਜ ਅਸੀਂ ਕਵਿਤਾ ਦੇ ਨਾਲ ਜੁੜੇ ਹੋਏ ਹਾਂ ਕਵਿਤਾ ਬਾਰੇ ਗੱਲਬਾਤ ਕਰ ਰਹੇ ਹਾਂ ਸਾਹਿਤ ਦੇ ਬਹੁਤ ਸਾਰੇ ਰੰਗਾਂ ਦੀ ਅਸੀਂ ਬਾਤ ਪਾਉਣੀ ਹੈ ਤੇ ਅੱਜ ਸਾਡੇ ਨਾਲ ਸਾਹਿਤਿਕ ਸਾਂਝ ਪਾਉਣ ਲਈ ਸਾਡੇ ਨਾਲ ਹਾਜ਼ਰ ਹੋਏ ਨੇ ਸਾਡੇ ਬਹੁਤ ਹੀ ਅਜੀਜ਼ ਸ਼ਾਇਰ ਜਿਹੜੇ ਗਜ਼ਲ ਲਿਖਦੇ ਨੇ ਤੇ ਕਮਾਲ ਕਰਦੇ ਨੇ ਵਖਰੀ ਜੀ ਰੰਗਨੇ ਨਾਲ ਸਾਡੇ ਰੂਬਰੂ ਹੋਣ ਲੱਗਿਆ ਪਰਮਜੀਤ ਢਿੱਲੋਂ ਸਤਿ ਸ਼੍ਰੀ ਅਕਾਲ ਪਰਮਜੀਤ ਢਿੱਲੋਂ ਜੀ ਬਹੁਤ ਸ਼ੁਕਰੀਆ ਵੀਰ ਰਮਨ ਸਿੰਘ ਤੁਹਾਡੇ ਚੈਨਲ ਦਾ ਬਹੁਤ-ਬਹੁਤ ਸ਼ੁਕਰੀਆ ਜੋ ਮੈਨੂੰ ਲੋਕਾਂ ਦੇ ਸਾਹਮਣੇ ਆਉਣ ਦਾ ਮਾਣ ਦਿੱਤਾ ਅਸੀਂ ਤੈਹ ਦਲੋ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਸਾਨੂੰ ਚੰਗਾ ਲੱਗਦਾ ਜਦੋਂ ਸਾਹਿਤ ਨਾਲ ਜੁੜੇ ਹੋਏ ਜਿਹੜੇ ਲੋਕ ਹੈਗੇ ਆ ਅਜੀਮ ਸ਼ਾਇਰ ਹੈਗੇ ਆ ਕਵਿਤਾ ਨੂੰ ਪਿਆਰ ਕਰਨ ਵਾਲੇ ਜਿਹੜੇ ਸਾਡੇ ਪਾਠਕਾਂ ਨੂੰ ਲਗਾਤਾਰ ਆਪਣੇ ਨਾਲ ਜੋੜੀ ਰੱਖਦੇ ਆ ਸਾਹਿਤ ਦੇ ਖਜ਼ਾਨੇ ਨੂੰ ਹੋਰ ਭਰਪੂਰ ਕਰਦੇ ਆ ਆਪਾਂ ਪਰਮਜੀਤ ਜੀ ਇਸੇ ਤਰ੍ਹਾਂ ਗੱਲਾਂ ਦਾ ਜਿਹੜਾ ਸਫ਼ਰ ਜਾਰੀ ਰੱਖਣਾ ਪਰ ਉਸ ਤੋਂ ਪਹਿਲਾਂ ਜਿੱਥੋਂ ਇਹ ਸਫ਼ਰ ਜਿੱਥੋਂ ਪਰਮਜੀਤ ਦੀ ਸ਼ੁਰੂਆਤ ਹੋਈ ਆ ਅਸੀਂ ਥੋੜੀ ਜਿਹੀ ਗੱਲ ਕਰਾਂਗੇ ਤੁਹਾਡੀ ਮੁੱਢਲੀ ਜ਼ਿੰਦਗੀ ਬਾਰੇ ਕਿੱਥੋਂ ਤੁਹਾਡਾ ਬਚਪਨ ਜਨਮ ਤੇ ਤੁਹਾਡੀ ਮੁੱਢਲੀ ਵਿੱਦਿਆ ਤੇ ਹੌਲੀ-ਹੌਲੀ ਜਿਹੜਾ ਇਹ ਪਰਮਜੀਤ ਉਹ ਬਾਲਪਨ ਉਮਰ ਵਾਲਾ ਪਰਮਜੀਤ ਕਦੋਂ ਕਵਿਤਾ ਦੇ ਹੜ ਦੇ ਨਾਲ ਤੁਰ ਪਿਆ ਮੇਰਾ ਜਨਮ ਪਿੰਡ ਜੰਡਵਾਲਾ ਚੜ੍ਹ ਸਿੰਘ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਹਾਂ ਪਿਤਾ ਜੀ ਦਾ ਨਾਮ ਸਰਦਾਰ ਜਸਪਾਲ ਸਿੰਘ ਢਿੱਲੋਂ ਤੇ ਮਾਤਾ ਜੀ ਮਨਜੀਤ ਕੌਰ ਉੱਥੇ ਮੇਰਾ ਜਨਮ ਹੋਇਆ ਹੂੰ ਛੋਟੀ ਉਮਰੇ ਪੜ੍ਹਾਈ ਦੇ ਨਾਲ ਨਾਲ ਕੰਮ 'ਚ ਪੈ ਗਏ ਛੋਟੀ ਉਮਰੇ 15 ਕੇ ਸਾਲ ਦਾ ਮੈਂ ਖੇਤੀਬਾੜੀ ਦੇ ਖੇਤਰ ਦੇ ਵਿੱਚ ਆ ਗਿਆ ਸੀ ਕਿਉਂਕਿ ਖੇਤੀਬਾੜੀ ਜ਼ਿਆਦਾ ਹੁੰਦੀ ਸੀ ਪਾਪਾ ਤੋਂ ਕੱਲਿਆਂ ਤੋਂ ਸੰਭਲਦੇ ਨਹੀਂ ਸੀ ਮੈਂ ਪੜ੍ਹਾਈ ਦੇ ਨਾਲ ਨਾਲ ਖੇਤੀਬਾੜੀ ਤੇ ਕੰਮ 'ਚ ਉਹਨਾਂ ਦੀ ਮਦਦ ਕਰਦਾ ਰਿਹਾ ਜੀ ਬਸ ਉੱਥੇ ਕਿਤੇ ਨਾ ਕਿਤੇ ਸ਼ਾਇਦ ਮੈਨੂੰ ਆਪ ਵੀ ਨਹੀਂ ਪਤਾ ਕਿੱਥੋਂ ਇਹ ਜਨਗ ਲੱਗੀ ਕੁਝ ਪਹਿਲਾਂ ਲਿਖਿਆ ਵੀ ਕਾਲਜ ਪੜ੍ਹਦਿਆ ਨੇ ਪਰ ਉਹ ਸੰਭਾਲਿਆ ਨਹੀਂ ਜਾ ਉਹ ਕਿਤੇ ਨਿਕਲ ਗਿਆ ਨਹੀਂ ਜਿਵੇਂ ਅਸੀਂ ਗੱਲ ਕਰਦੇ ਹੁੰਨੇ ਇੱਕ ਉਮਰ ਹੁੰਦੀ ਆ ਉਮਰ ਦਾ ਇੱਕ ਪੜਾ ਹੁੰਦਾ ਹੈ ਨਾ ਬਾਲਪਨ ਚ ਜਦੋਂ ਬੰਦੇ ਨੂੰ ਸੋਝੀ ਆਉਂਦੀ ਆ ਇੱਕ ਜਿਹੜਾ ਬਾਲਮਨ ਹੁੰਦਾ ਜਿਹੜਾ ਚੀਜ਼ ਉਤੇ ਉਕਰ ਜੇ ਉਹ ਫਿਰ ਜ਼ਿੰਦਗੀ ਚ ਨਾਲ ਸਾਡੇ ਬਹਿਣ ਦੇ ਰੂਪ ਚ ਤੁਰਦੀ ਆ ਹਨਾ ਤੁਸੀਂ ਤੁਹਾਡਾ ਜਿਹੜਾ ਪਰਿਵਾਰਕ ਖੋਕੜਾ ਉਹ ਕਿਦਾਂ ਦਾ ਸੀਗਾ ਕਿ ਜਿਹੜਾ ਉਥੋਂ ਦਾ ਇੱਕ ਜਨਮਿਆ ਬਾਲ ਪਰਮਜੀਤ ਢਿੱਲੋਂ ਅੱਜ ਗਜ਼ਲ ਦੇ ਖੇਤਰ ਦੇ ਵਿੱਚ ਅੱਗੇ ਵਧ ਰਿਹਾ ਮੇਰੇ ਖਿਆਲ ਚ ਮੇਰਾ ਇਸ ਖੇਤਰ ਚ ਆਉਣ ਦਾ ਵੱਡਾ ਕਾਰਨ ਮਾਤਾ ਜੀ ਜੋ ਕਿ ਇਸ ਪੜਨ ਨਾਲ ਜੁੜੇ ਹੋਏ ਸੀਗੇ ਕਿਤੇ ਮੇਰੇ ਨਾਨਾ ਜੀ ਜਿਹੜਾ ਰਾਗੀ ਢਾਡੀਆਂ ਨੂੰ ਜੇ ਇੱਕ ਵਾਰੀ ਵਾਰ ਕੋਈ ਸੁਣ ਲੈਂਦੇ ਤਾਂ ਉਹਨਾਂ ਦੇ ਸਾਰੀ ਉਹ ਮੂੰਹ ਜਵਾਨੀ ਯਾਦ ਰਹਿੰਦੀ ਸੀ ਤੇ ਮੇਰੀ ਮਾਤਾ ਮੈਨੂੰ ਪੁਰਾਣੀਆਂ ਕਹਾਣੀਆਂ ਜਿਵੇਂ ਮਹਾਭਾਰਤ ਰਮਾਇਣ ਗੁਰਬਾਣੀ ਗੁਰੂ ਸਾਹਿਬ ਦੀਆਂ ਗੱਲਾਂ ਕਰਦੇ ਰਹਿਣਾ ਘਰ ਦੇ ਵਿੱਚ ਇਹ ਮਾਹੌਲ ਮਾਤਾ ਜੀ ਕਰਕੇ ਸੀ ਤੇ ਮੈਨੂੰ ਇਹ ਸੁਣਦਾ ਉਹਨਾਂ ਕੋਲੇ ਬਹਿ ਕੇ ਸੁਣਨ ਦਾ ਨਿੱਕੀਆਂ ਨਿੱਕੀਆਂ ਗੱਲਾਂ ਇਥੋਂ ਮੈਨੂੰ ਇਹ ਚਿੰਗ ਲੱਗੀ ਮਾਤਾ ਜੀ ਇਥੋਂ ਅਸੀਂ ਉਸ ਦੌਰ ਦੇ ਜਾਏ ਹਾਂ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੀ ਸੰਗਤ ਚ ਬੈਠਦੇ ਸੀਗੇ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਸੀ ਜਿਹੜੀ ਇਹ ਸਾਹਿਤਿਕ ਸਾਂਝ ਥੋੜੀ ਬਣੀ ਹੈ ਹਾਂਜੀ ਸਾਹਿਤਿਕ ਸਾਂਝ ਜਿਹੜੀ ਘਰ ਦੇ ਬਾਪੂ ਦੀਆਂ ਬਾਤਾਂ ਚ ਉੱਠਦੀ ਹੈ ਮਾਂ ਦੀ ਗੋਦ ਦੇ ਵਿੱਚ ਬੈਠ ਕੇ ਸੁਣੀਆਂ ਬਾਤਾਂ ਤੋਂ ਉੱਠਦੀ ਹੈ ਉੱਥੋਂ ਫਿਰ ਜਦੋਂ ਤੁਸੀਂ ਥੋੜਾ ਜਿਹਾ ਅਸੈਂਬਲੀ ਸਕੂਲ ਬਲ ਗਏ ਜਿਹੜਾ ਕਵਿਤਾ ਲਿਖਣ ਦਾ ਜਾਂ ਗਜ਼ਲ ਦੀ ਜਿਹੜੀ ਸਮਝ ਆ ਉਹ ਕਿਹੜੀ ਉਮਰ ਤੋਂ ਸ਼ੁਰੂ ਹੋਈ ਹੈ ਤਾਂ ਕਿ ਕਵਿਤਾ ਦੇਖੋ ਪੜਨਾ ਮੈਂ ਤਾ ਪਹਿਲਾਂ ਜਿਵੇਂ ਸਕੂਲਾਂ ਦੀਆਂ ਕਿਤਾਬਾਂ ਵਿੱਚ ਕਪਤਾਵਾਵਾਂ ਹੁੰਦੀਆਂ ਸੀ ਉਸ ਤੋਂ ਬਾਅਦ ਐਕਸਟਰਾ ਕਿਤਾਬ ਲੈ ਕੇ ਪੜ੍ਹਨਾ ਸ਼ੁਰੂ ਕਰਤਾ ਪਰ ਲਿਖਣ ਵਾਲੀ ਚੇਟਕ ਮੇਰੇ ਖਿਆਲ ਚ ਮੈਨੂੰ 20 ਸਾਲ ਦਾ ਜਦੋਂ ਮੈਂ ਹੋ ਗਿਆ ਸੀਗਾ ਤੇ ਉਦੋਂ ਮੈਨੂੰ ਥੋੜੀ ਥੋੜੀ ਲੱਗੀ ਪਰ ਉਦੋਂ ਜੋ ਯਾਰ ਦੋਸਤ ਜਿਵੇਂ ਹੁੰਦੇ ਆ ਸਕੂਲ ਦੇ ਜਾਂ ਕਾਲਜ ਦੇ ਉਹ ਕੁਝ ਕਹਿੰਦੇ ਯਾਰ ਇਹ ਕਿਹੜੇ ਕੰਮਾਂ ਚ ਪਿਆ ਆਂ ਜਾਂ ਕੁਝ ਪਿਆ ਕੋ ਫਿਰ ਮੈਂ ਥੋੜੇ ਚਿਰਲਾ ਵਾਸਤੇ ਉਹ ਛੱਡ ਵੀ ਦਿੱਤਾ ਮੈਂ ਕੁਝ ਸਾਂਭਿਆ ਨਹੀਂ ਲਿਖਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਫਿਰ ਜਦੋਂ ਲਿਖਣਾ ਸ਼ੁਰੂ ਕੀਤਾ ਤੇ ਫਿਰ ਉਹ ਚੰਗਾ ਲੱਗਿਆ ਸਾਰਿਆਂ ਨੂੰ ਜਦੋਂ ਮੈਨੂੰ ਐ ਲੱਗਿਆ ਕਿ ਕਿਹੜੀ ਉਮਰ ਸੀ ਪਰਮਜੀਤ ਦੀ ਜਦੋਂ ਚੇਟਕ ਲੱਗੀ ਹੋਈ ਸੀ ਤੇ ਜਿਹੜੇ ਕੁਛ ਲਫ਼ਜ਼ ਸੀਗੇ ਉਹ ਕਾਗਜ਼ ਤੇ ਆ ਗਏ ਅ ਇਹ 25 ਸਾਲ ਦੀ ਉਮਰ ਮੇਰੀ ਸੀਗੀ ਚੇਟਕ ਤਾਂ ਅੰਦਰ ਪਹਿਲਾਂ ਤੋਂ ਸੀ ਪਰ ਹੁਣ ਲਿਖਿਆ ਨਹੀਂ ਸੀ ਕਦੇ ਇੱਕ ਦਿਮਾਗ ਦੇ ਵਿੱਚ ਘੁੰਮਦਾ ਰਹਿੰਦਾ ਸੀਗਾ ਤੇ 25 ਸਾਲ ਦੀ ਉਮਰ 'ਚ ਫਿਰ ਮੈਂ ਲਿਖਣਾ ਸ਼ੁਰੂ ਕਰਤਾ ਆਪਾਂ ਸਾਰਿਆਂ ਨੂੰ ਕੀ ਜਾਣਦਾ ਕਿ ਜਦੋਂ ਕਵਿਤਾ ਅੰਦਰ ਉਪਜਦੀ ਹੈ ਹਾਂਜੀ ਜਾਂ ਤਾਂ ਹਾਲਾਤ ਹੁੰਦਿਆ ਜਾਂ ਵਾਤਾਵਰਨ ਹੁੰਦਾ ਜਾਂ ਕਹਿ ਲਈਏ ਕਿ ਕਹਿੰਦੇ ਹੁੰਦੇ ਆ ਕਿਤੇ ਨਾ ਕੋਈ ਕਿਸੇ ਰਿਸ਼ਤੇ ਦਾ ਜਿਹੜਾ ਮੋਹ ਹੁੰਦਾ ਨਾ ਉਹ ਪ੍ਰੇਰ ਦੇਂਦਾ ਥੋੜੇ ਮਨ ਦੇ ਜਿਹੜੇ ਬਲਬਲੇ ਹੁੰਦੇ ਆ ਕਵਿਤਾ ਦਾ ਰੂਪ ਲੈ ਲੈਂਦੇ ਆ ਕੋਈ ਖਾਸ ਪ੍ਰੇਰਣਾ ਹੋਵੇ ਜਿੱਥੋਂ ਲੱਗਿਆ ਵੀ ਨਹੀਂ ਮੈਂ ਇਹ ਗੱਲ ਕਰਨੀ ਆ ਦਰਸਲ ਵਿਆਹ ਤੋਂ ਬਾਅਦ ਮੈਨੂੰ ਲੱਗਿਆ ਕਿਉਂਕਿ ਮੇਰੀ ਜੀਵਨ ਸਾਥਣ ਬਹੁਤ ਹੀ ਮੋਹ ਵਾਲੀ ਸੀ ਤੇ ਜਦੋਂ ਮੈਂ ਮੇਰੀਆਂ ਜਿੰਨੀਆਂ ਵੀ ਪਿਆਰ ਭਰੀਆਂ ਸ਼ੇਅਰ ਜਾਂ ਪਿਆਰ ਭਰੀਆਂ ਗਜ਼ਲਾਂ ਹਨ तकरीबन ਸਾਰੀਆਂ ਉਹਦੇ ਲਈ ਹਨ ਤੇ ਉਨੇ ਇਹ ਚੀਜ਼ਾਂ ਸੰਭਾਲਣੀਆਂ ਵੀ ਸ਼ੁਰੂ ਕਰ ਦਿੱਤੀਆਂ ਪਰ ਜਿਵੇਂ ਜਿਵੇਂ ਉਹ ਸੰਭਾਲਦੇ ਗਿਆ ਮੈਂ ਹੋਰ ਲਿਖਦਾ ਗਿਆ ਇੱਕ ਮੈਨੂੰ ਚਾਜਾ ਚੜਦਾ ਹੁੰਦਾ ਜਿਵੇਂ ਬੱਚੇ ਨੂੰ ਤਾਂ ਮੇਰੀਆਂ ਰਚਨਾਵਾਂ ਇਕੱਠੀਆਂ ਹੋਣ ਲੱਗ ਪਈਆਂ ਉਸ ਤੋਂ ਬਾਅਦ ਮੈਂ ਜ਼ਿਆਦਾ ਸੰਭਾਲਿਆ ਇਸ ਲਿਖਤਾਂ ਜਦੋਂ ਤੁਸੀਂ ਕਹਿੰਦੇ ਹੁੰਦੇ ਆ ਬਚਪਨ ਤੋਂ ਸੀ ਜਵਾਨੀ ਦੀ ਉਮਰ ਬਾਰੇ ਗੱਲ ਕਰਦੇ ਸਾਨੂੰ ਇੱਕ ਮੰਚ ਮਿਲਣਾ ਸ਼ੁਰੂ ਹੋ ਜਾਂਦਾ ਸਾਡੇ ਸੰਗੀ ਸਾਥੀ ਉਦਾਂ ਦੇ ਹੁੰਦੇ ਆ ਸਾਡੀ ਸੰਗਤ ਉਦਾਂ ਦੀ ਹੁੰਦੀ ਆ ਤਾਂ ਅਸੀਂ ਉਹਨਾਂ 'ਚ ਬੈਠ ਕੇ ਗੱਲ ਕਰਦੇ ਆ ਉਸ ਪਰਮਜੀਤ ਦਾ ਕੋਈ ਖਾਸ ਜ਼ਿਕਰ ਹੋਇਆ ਹੋਵੇ ਹਾਂ ਜੀ ਪਹਿਲਾ ਮੰਨ ਚ ਮੇਰੇ ਹਦੀ ਤੱਕ ਜਿਆਦਾ ਮੈਨੂੰ ਜੀਰੇ ਦੇ ਵਿੱਚ ਦੀਪ ਜੀਰ ਵੀ ਜਨੇ ਦਵਾਇਆ ਸੀਗਾ। ਅੱਛਾ ਜੀ। ਉਸ ਤੋਂ ਪਹਿਲਾਂ ਮੈਂ ਕਦੇ ਸਟੇਜ ਦੇ ਉੱਪਰ ਨਾ ਤਾਂ ਸਕੂਲ ਵੇਲੇ ਨਾ ਕਾਲਜ ਵੇਲੇ ਕਦੇ ਚੜਿਆ ਨਹੀਂ ਸੀ। ਹੂੰ ਕਿਉਂਕਿ ਘਰ ਦਾ ਮਾਹੌਲ ਕੰਮਕਾਜੀ ਸੀਗਾ, ਕੰਮ ਕਾਜ ਕਰਨਾ, ਆਪਦਾ ਪੜਾਈ ਲਿਖਾਈ ਕਰਨੀ। ਹੂੰ ਜੇ ਕੋਈ ਲਿਖਣਾ ਪੜ੍ਹਨਾ ਵੀ ਤਾਂ ਆਪਦਾ ਘਰੇ ਬੈਠ ਕੇ। ਹੂੰ ਉਹਨਾਂ ਨੇ ਪਹਿਲੀ ਵਾਰੀ ਉੱਥੇ ਮੈਨੂੰ ਸਟੇਜ ਤੇ ਬੋਲਣ ਦਾ ਮੌਕਾ ਦਿੱਤਾ। ਉਦੋਂ ਵੀ ਮੇਰੀ ਜੀਵਨ ਸਾਥਨ ਨਾਲ ਸੀ। ਹੂੰ ਉਸ ਤੋਂ ਬਾਅਦ ਇੱਕ ਬਸ ਹੌਸਲਾ ਬਣ ਗਿਆ ਤੇ ਹੌਲੀ ਹੌਲੀ ਫਿਰ ਅੱਗੇ ਤਾਂ ਸਟੇਜਾਂ ਹ ਅ ਜਦੋਂ ਜਵਾਨੀ ਦੀ ਜਿਹੜੀ ਅਵਸਥਾ ਹੁੰਦੀ ਹੈ ਜਿੱਥੇ ਸਾਨੂੰ ਸਮਝਾਂ ਵੀ ਬਹੁਤ ਆ ਜਾਂਦੀਆਂ ਤੇ ਅਨਗਹਿਲੀਆਂ ਵੀ ਬਹੁਤ ਹੁੰਦੀਆਂ ਉਹ ਉਮਰ ਐਸੀ ਹੁੰਦੀ ਹੈ ਜਿਹਨੂੰ ਕਿਹਾ ਜਾਂਦਾ ਤਲਵਾਰ ਤੇ ਤੁਰਨ ਦੀ ਤਲਵਾਰ ਦੀ ਧਾਰ ਤੇ ਤੁਰਨ ਦੀ ਜੜੀ ਉਹ ਮਾਨ ਹੈ ਨਾ ਉਹਦੇ ਵਿੱਚ ਕਿਹਾ ਜਾਂਦਾ ਵੀ ਜਾਂ ਤਾਂ ਬੰਦਾ ਜ਼ਿੰਮੇਵਾਰੀਆਂ ਦੇ ਵਿੱਚ ਪੈ ਜਾਂਦਾ ਜਾਂ ਫਿਰ ਪਿਆਰ ਮੁਹੱਬਤਾਂ ਦੇ ਵਿੱਚ ਪੈ ਜਾਂਦਾ ਹੈ ਨਾ ਉਹ ਜਿਹੜੀ ਕੋਈ ਇੱਕ ਵਿਚਾਰਤਾਰਾ ਹੋਣੀ ਹੈ ਜਿੱਥੋਂ ਪਰਮਜੀਤ ਨੂੰ ਲੱਗਿਆ ਕਿ ਮੈਂ ਗਜ਼ਲ ਹੀ ਚੁਣੀ ਆ ਤੇ ਮੈਂ ਗਜ਼ਲ ਲਈ ਹੀ ਕੰਮ ਕਰ ਰਾ ਕਹਿੰਦੇ ਹੁੰਦੇ ਨਾ ਇੱਕ ਖਾਸ ਧਾਰਾ ਹੁੰਦੀ ਹੈ ਜਾਂ ਫਿਰ ਤੁਸੀਂ ਪੂਰੇ ਵਾਤਾਵਰਨ ਦੇ ਵਿੱਚੋਂ ਕੁਝ ਨਾ ਕੁਝ ਲੈ ਲੈਨੇ ਹੋ ਕਿ ਤੁਸੀਂ ਪੂਰੇ ਸਮਾਜ ਲਈ ਕੁਝ ਸਿਰਜਣਾ ਸ਼ੁਰੂ ਕਰ ਦਿੰਦੇ ਹੋ ਜਿਵੇਂ ਤੁਸੀਂ ਦੂਸਰੀ ਗੱਲ ਕਹੀ ਹੈ ਕਿ ਪਰਿਵਾਰਕ ਜ਼ਿੰਮੇਵਾਰੀਆਂ ਮੇਰੇ ਖਿਆਲ ਚ ਉਹ ਕਿਤੇ ਖਿੰਡਣ ਵਾਲੀ ਜਾਂ ਗਲਤ ਹੋਣ ਵਾਲੀ ਗੱਲ ਮੇਰੇ ਨਹੀਂ ਆਈ ਕਿਉਂਕਿ ਜ਼ਿੰਮੇਵਾਰੀਆਂ ਮੈਂ ਟਾਈਮ ਨਾਲ ਹੀ ਸਮਝਣ ਲੱਗ ਪਿਆ ਸੀ ਦਾਦਾ ਦਾਦੀ ਨੂੰ ਸੰਭਾਲਣਾ ਫਿਰ ਮਾਤਾ ਨੂੰ ਉਹਨਾਂ ਦੀ ਦਵਾਈ ਦਾਰੂ ਦਾ ਸਾਰਾ ਕੁਝ ਜ਼ਿੰਮੇਵਾਰੀ ਭਰੀਆਂ ਗੱਲਾਂ ਤੇ ਜੋ ਇਹ ਸੀ ਉਸੇ ਨੇ ਮੈਨੂੰ ਇਸ ਵੱਲ ਪ੍ਰੇਰਿਆ ਤੇ ਮੈਂ ਉਹ ਗੱਲਾਂ ਜੋ ਮੈਂ ਕਿਤੇ ਕੱਢ ਨਹੀਂ ਸਕਦਾ ਸੀ ਜਾਂ ਮੇਰੇ ਅੰਦਰ ਇੱਕ ਪੜਾਸ ਹੁੰਦੀ ਸੀ ਉਹ ਪੜਾਸ ਨੂੰ ਕੱਢਣ ਆਸਤੇ ਸ਼ਾਇਦ ਮੈਨੂੰ ਲਿਖਣ ਵਾਲਾ ਸੌਖਾ ਲੱਗਿਆ ਫਿਰ ਜਦੋਂ ਮੈਂ ਕਿਤੇ ਲਿਖਦਾ ਸੀ ਤਾਂ ਮੇਰਾ ਮਨ ਹੌਲਾ ਹੋ ਜਾਂਦਾ ਸੀ ਹਲਕਾ ਹੋ ਜਾਂਦਾ ਸੀ ਉਹ ਚਾਹੇ ਕਿਤੇ ਛਾਪੇ ਜਾਂ ਨਾ ਛਾਪੇ ਪਰ ਇੱਕ ਮਨ ਨੂੰ ਤਸੱਲੀ ਹੁੰਦੀ ਸੀ ਵੀ ਪੇਪਰ ਤੇ ਲਿਖਤਾ ਬਸ ਠੀਕ ਆ ਹੁਣ ਮੇਰਾ ਮਨ ਹਲਕਾ ਇੱਕ ਕਿਹਾ ਜਾਂਦਾ ਹੈ ਕਿ ਜਿਹੜਾ ਇੱਕ ਕਵੀ ਹੈ ਇੱਕ ਸਾਹਿਤਕਾਰ ਹੋ ਗਿਆ ਕਲਾਕਾਰ ਹੋ ਗਿਆ ਉਹਦੀ ਵੱਡੀ ਕਲਾ ਉਹਦੇ ਮਨ ਦੇ ਬਲਬਲੇ ਹੁੰਦੇ ਆ ਉਹ ਕੈਸਾ ਰੂਪ ਦਿੰਦਾ ਉਹ ਕਵੀ ਸਾਹਿਤਕਾਰ ਕਲਾਕਾਰ ਤੇ ਖੜਾ ਹੁੰਦਾ ਹਾਂਜੀ ਤੇ ਜਦੋਂ ਤੁਸੀਂ ਕਵਿਤਾ ਲਿਖਣੀ ਸ਼ੁਰੂ ਕੀਤੀ ਤੁਸੀਂ ਕਾਲ ਇਸ ਦੀ ਸਟੇਜ ਤੱਕ ਵੀ ਪਹੁੰਚੇ ਹਾਂਜੀ ਮੁਸ਼ਾਇਰੇ ਵੀ ਤੁਸੀਂ ਉਹਨਾਂ ਚ ਵੀ ਸ਼ਮੂਲੀਅਤ ਕੀਤੀ ਹੈ ਉਸ ਤੋਂ ਬਾਅਦ ਜਿਹੜਾ ਤੁਹਾਡਾ ਇੱਕ ਦੌਰ ਲਗਾਤਾਰ ਚੱਲ ਪਿਆ ਤੁਹਾਨੂੰ ਕਲੀਅਰ ਹੋ ਗਿਆ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਾਲ-ਨਾਲ ਨਿਭਾਉਂਦੇ ਰਹੇ ਤੁਸੀਂ ਹਨ ਉਸ ਤੋਂ ਇਲਾਵਾ ਜਿਹੜਾ ਤੁਹਾਡੀ ਕਲਮ ਦਾ ਸਫ਼ਰ ਆ ਜਦੋਂ ਤੁਸੀਂ ਤੁਹਾਨੂੰ ਲੱਗਿਆ ਕਿ ਨਹੀਂ ਹੁਣ ਮੈਂ ਲਗਾਤਾਰ ਰਚਨਾ ਕਰਨੀ ਹੈ ਉਹ ਕਿਹੋ ਜਿਹਾ ਦੌਰ ਸੀਗਾ ਤੁਹਾਡਾ ਉਹ ਉਸ ਤੋਂ ਬਾਅਦ ਤਕਰੀਬਨ ਮੈਂ ਲਗਾਤਾਰ ਲਿਖਦਾ ਰਿਹਾ ਬਹੁਤ ਵਧੀਆ ਦੌਰ ਰਿਹਾ ਤੂੰ ਲਿਖਦਾ ਪਹਿਲਾਂ ਮੈਂ ਸਿਰਫ ਜਿਵੇਂ ਕਹਿੰਦੇ ਹੁੰਦੇ ਆ ਕਿ ਸ਼ਾਂਤਬੱਧ ਕਵਿਤਾ ਲਿਖਣ ਲੱਗ ਪਿਆ ਉਹ ਤੋਂ ਮੈਨੂੰ ਗਜ਼ਲ ਬਾਰੇ ਇੰਨੀ ਸੋਝੀ ਹੈ ਨਹੀਂ ਸੀ ਜਿਵੇਂ ਜਿਵੇਂ ਸੋਸ਼ਲ ਮੀਡੀਆ ਤੇ ਜਾਂ ਕੁਝ ਦੋਸਤ ਜਿਹੜੇ ਕਿ ਗਜ਼ਲ ਲਿਖਦੇ ਸੀ ਉਹਨਾਂ ਨੇ ਕਿਹਾ ਕਿ ਤੇਰੀ ਕਵਿਤਾ ਜੋ ਹੁੰਦੀ ਹੈ ਗਜ਼ਲ ਦੇ ਕਾਫੀ ਨੇੜੇ ਹੁੰਦੀ ਹੈ ਮੈਨੂੰ ਸਮਝ ਨਹੀਂ ਸੀ ਮੈਂ ਕਿ ਯਾਰ ਗਜ਼ਲ ਦੇ ਨੇੜੇ ਕਿਵੇਂ ਮੈਨੂੰ ਇਹਦੀ ਕੋਈ ਸਮਝ ਨਹੀਂ ਸੀ ਤੇ ਫਿਰ ਕੁਝ ਦੋਸਤਾਂ ਨੇ ਜੋ ਗਜ਼ਲ ਲਿਖਦੇ ਸੀ ਉਹਨਾਂ ਨੇ ਪ੍ਰੇਰਿਆ ਮੈਨੂੰ ਜਿਵੇਂ ਰੈਨੂ ਨਜ਼ਰ ਮੈਡਮ ਹੈਗੀ ਆ ਜਿਸ ਪਾਲ ਕਈ ਸਰ ਹੈਗੇ ਆ ਉਹ ਮੈਨੂੰ ਨਿੱਕੇ ਨਿੱਕੇ ਉਹਨਾਂ ਨੇ ਜਿਹੜੇ ਨੁਕਤੇ ਹੁੰਦੇ ਗਜ਼ਲ ਦੇ ਉਹ ਸਮਝਾਏ ਖੈਰ ਉਹਨਾਂ ਜਿੰਨੀ ਸੋਚੀ ਤਾਂ ਮੈਨੂੰ ਅੱਜ ਵੀ ਨਹੀਂ ਪਰ ਹੁਣ ਮੈਂ ਕਹਿ ਸਕਦਾ ਮੈਂ ਵਜਨ ਬਹਿਰ ਦੇ ਮੁਤਾਬਕ ਆਪ ਦੇ ਖਿਆਲ ਲਿਖ ਸਕਦਾ ਹਾਂ ਹਮ ਅ ਜਦੋਂ ਪਰਮਜੀਤ ਦੀ ਉਮਰ ਸੰਭਲਦੀ ਆ ਉਹਨਾਂ ਨੂੰ ਲੱਗਦਾ ਕਿ ਮੈਂ ਹੁਣ ਗਜ਼ਲ ਦੇ ਇਸ ਬਹਿਣ ਚ ਬਹਿ ਤੁਰਿਆ ਤਾਂ ਹੁਣ ਪਰਮਜੀਤ ਆਪਣੇ ਆਪ ਨੂੰ ਕਿੱਥੇ ਵੇਖਦੇ ਆ ਹੁਣ ਮੈਨੂੰ ਕਾਫੀ ਰਿਸ਼ਤਿਆਂ ਦੇ ਅਹਿਸਾਸ ਮੈਂ ਲਿਖ ਚੁੱਕਿਆ ਪਰ ਪਿਛਲੇ ਕੁਝ ਸਾਲ ਡੇਢ 2 ਸਾਲ ਪਹਿਲਾਂ ਮੇਰੀ ਮਾਤਾ ਦੇ ਚਲੇ ਜਾਣ ਕਰਕੇ ਮੈਨੂੰ ਕਾਫੀ ਮਨ ਨੂੰ ਠੇਸ ਪਹੁੰਚੀ ਉਸ ਤੋਂ ਬਾਅਦ ਮੈਂ ਜ਼ਿਆਦਾ ਨਹੀਂ ਲਿਖ ਪਾਇਆ ਇੱਕ ਵਾਰੀ ਮੈਂ ਦੋ ਤਿੰਨ ਕੁ ਗਜ਼ਲਾਂ ਬਸ ਜ਼ਿਆਦਾ ਜਾਂ ਮਾਂ ਦੇ ਕੁਝ ਸ਼ੇਅਰ ਲਿਖੇ ਐ ਇਸ ਮੈਨੂੰ ਲੱਗਦਾ ਮੈਂ ਕਾਫੀ ਵਧੀਆ ਲਿਖ ਚੁੱਕਿਆ ਕਿਹਾ ਜਾਂਦਾ ਕਿ ਜਦੋਂ ਜਿਹੜਾ ਬੰਦਾ ਸਿਰਜਣਾ ਕਰਦਾ ਕੋਈ ਸਿਰਜਣਹਾਰ ਆ ਤੰਤੀ ਤੇ ਕੋਈ ਇਨਸਾਨ ਉਹਦੀ ਪ੍ਰੇਰਣਾ ਉਦੋਂ ਦੁੱਗਣੀ ਚੌਣੀ ਹੋ ਜਾਂਦੀ ਹੈ ਜਾਂ ਤਾਂ ਬਹੁਤ ਖੁਸ਼ੀ ਦਾ ਸਮਾਂ ਹੁੰਦਾ ਜਾਂ ਦੁੱਖ ਦਾ ਸਮਾਂ ਹੁੰਦਾ ਜ਼ਿੰਦਗੀ ਦੇ ਵਿੱਚ ਸਾਰੀਆਂ ਘਟਨਾਵਾਂ ਲਗਾਤਾਰ ਚਲਦੀਆਂ ਤੋਡਾ ਇੱਕ ਵਿਚਾਰ ਸੀਗਾ ਗਜ਼ਲ ਨੂੰ ਲੈ ਕੇ ਕਿ ਹਾਂ ਜਦੋਂ ਦੁੱਖਾਂ ਸੁੱਖਾਂ ਦਾ ਸਮਾਂ ਹੁੰਦਾ ਉਹ ਤੁਹਾਡਾ ਇੱਕ ਆਧਾਰ ਸਰੋਤ ਬਣ ਜਾਂਦਾ ਤੁਹਾਡੀ ਆਧਾਰ ਸਮਗਰੀ ਬਣ ਜਾਂਦਾ ਹੈ ਨਾ ਉਸ ਤੋਂ ਬਾਅਦ ਕੀ ਹੁੰਦਾ ਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਕਵੀ ਦਾ ਸਾਹਿਤਕਾਰ ਦਾ ਕਲਾਕਾਰ ਦਾ ਪ੍ਰਭਾਵ ਆਉਂਦਾ ਹਾਂਜੀ ਜਦੋਂ ਤੁਸੀਂ ਸਿਰਜਣਹਾਰੇ ਬਣ ਜਾਂਦੇ ਹੋ ਜਦੋਂ ਤੁਸੀਂ ਕੁਝ ਸਿਰਜਦੇ ਹੋ ਹਾਂਜੀ ਕਿਸੇ ਸ਼ਾਇਰ ਤੋਂ ਪ੍ਰਭਾਵਿਤ ਹੋਏ ਹੋ ਤੁਸੀਂ ਹਾਂਜੀ ਐ ਸ਼ਾਇਰ ਜਿਵੇਂ ਮੁਕੇਸ਼ ਆਲਮ ਸਾਹਿਬ ਅਸੀਂ ਉਹਨਾਂ ਨੂੰ ਅਕਸਰ ਸੁਣਦੇ ਰਹਿੰਦੇ ਸੀ ਅਕਸਰ ਉਹਨਾਂ ਦੇ ਪ੍ਰੋਗਰਾਮਸ ਸਟੇਜਾਂ ਤੇ ਦੇਖਦੇ ਰਹਿੰਦੇ ਸੀ ਤਾਂ ਉਹਨਾਂ ਦਾ ਇੱਕ ਨਾਰਾ ਜਿਵੇਂ ਹੁੰਦਾ ਸੀ ਮੁਹੱਬਤ ਜਿੰਦਾਬਾਦ ਉਹ ਸਾਨੂੰ ਬੜੇ ਪਿਆਰੇ ਲੱਗਦੇ ਸੀ ਜਦੋਂ ਵੀ ਕਿਸੇ ਪ੍ਰੋਗਰਾਮ 'ਚ ਜਾਂਦੇ ਅਸੀਂ ਤਾਂ ਬੜੀ ਮੁਹੱਬਤ ਨਾਲ ਮਿਲਦੇ ਤੇ ਉਥੋਂ ਪਹਿਲਾਂ ਐਂ ਲੱਗਦਾ ਹੁੰਦਾ ਸੀ ਯਾਰ ਸ਼ਾਇਰ ਪਤਾ ਨਹੀਂ ਕਿਹੋ ਜਿਹੇ ਹੁੰਦੇ ਆ ਪਰ ਉਹਨਾਂ ਨੇ ਇੱਕ ਐਹੋ ਜਿਹੀ ਮੁਹੱਬਤ ਸਿਖਾਈ ਵੀ ਉਸੇ ਬੋੜੀ ਤੇ ਅਸੀਂ ਜਾਂ ਚੜਨਾ ਸ਼ੁਰੂ ਕਰਤਾ ਕਿ ਇਸ ਤਰ੍ਹਾਂ ਰਹਿਣਾ ਹੈ ਇਸ ਤਰ੍ਹਾਂ ਆਪਣੀਆਂ ਗਜ਼ਲਾਂ ਕਹਿਣੀਆਂ ਹਰੇਕ ਨੂੰ ਮਿਲਣਾ ਮੋ ਪਿਆਰ ਨਾਲ ਤੇ ਗਜ਼ਲਾਂ ਨੇ ਰਿਸ਼ਤੇ ਬਹੁਤ ਬਣਾਏ ਬਹੁਤ ਵਧੀਆ ਜਿਹੜੀ ਮੁਕੇਸ਼ ਜੀ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੇ ਤੁਹਾਨੂੰ ਮੁਹੱਬਤ ਦਾ ਇੱਕ ਨਾਰਾ ਦਿੱਤਾ ਮੁਹੱਬਤ ਜ਼ਿੰਦਾਬਾਦ ਹਾਂ ਉਹ ਜਿਹੜੀ ਉਹਨਾਂ ਨੇ ਮੁਹੱਬਤ ਦਾ ਤੁਹਾਨੂੰ ਅਹਿਸਾਸ ਦਿੱਤਾ ਤੁਹਾਡੀਆਂ ਗਜ਼ਲਾਂ ਦੇ ਵਿੱਚ ਜਿੰਦਾ ਬਿਲਕੁਲ ਤੋਂ ਨੂੰ ਉਹ ਮੁਹੱਬਤ ਜਿਹੜੀ ਦੁਨਿਆਵੀ ਮੁਹੱਬਤ ਆ ਜਾਂ ਲੋਕਾਂ ਦੀ ਆਪਸ ਦੇ ਵਿੱਚ ਕੋਈ ਗੱਲਬਾਤ ਆ ਜਿਹਨੂੰ ਲੋਕ ਮੁਹੱਬਤ ਦਾ ਨਾਮ ਦਿੰਦੇ ਆ ਹਾਂਜੀ ਤੁਹਾਨੂੰ ਲੱਗਦਾ ਕਿ ਇਹ ਉਹ ਮੁਹੱਬਤ ਆ ਜਾਂ ਉਸ ਤੋਂ ਵੱਖਰੀ ਆ ਅ ਨਹੀਂ ਜੋ ਮੁਹੱਬਤ ਦਾ ਦਿਖਾਵਾ ਕਰਦੇ ਆ ਲੋਕ ਉਹ ਚੀਜ਼ ਨਹੀਂ ਹੁੰਦੀ ਮੁਹੱਬਤ ਤਾਂ ਇੱਕ ਆਪ ਦੇ ਆਪ ਨੂੰ ਇਹ ਹੁੰਦਾ ਵੀ ਕਿਸੇ ਨੂੰ ਆਪਾਂ ਆਪਦੇ ਸਭ ਸਾਰਾ ਕੁਝ ਦਾਨ ਕਰ ਦੇਣਾ ਜਾਂ ਅੰਦਰਲੇ ਖਿਆਲ ਜਾਂ ਆਪਣੇ ਮਾਨ ਨੂੰ ਹਾਂ ਇੱਕ ਸਮਰਪਣ ਕਰ ਦੇਣਾ ਉਹ ਹੁੰਦੀ ਹੈ ਅਸਲੀ ਮੁਹੱਬਤ ਚਾਹੇ ਕਿਸੇ ਦਾ ਗੁੱਸਾ ਨਾ ਅੱਜ ਕੱਲ ਤਾਂ ਲੋਕਾਂ 'ਚ ਗੁੱਸੇ ਬਹੁਤ ਵਧੇ ਪਏ ਆ ਜੀ ਪਰ ਮੁਹੱਬਤ 'ਚ ਗੁੱਸਾ ਕਿਲਾ ਨਹੀਂ ਹੁੰਦਾ ਕੋਈ ਮੈਂ ਦੋਕ ਸ਼ੇਰ ਜਿਵੇਂ ਸੁਣਾਉਣਾ ਚਾਹਾਂ ਹੈਗਾ ਕਿ ਜਿਵੇਂ ਜੀ ਕਰਦਾ ਮੈਂ ਸੈਨਤ ਮਾਰ ਬੁਲਾ ਛੱਡਾਂ ਜੀ ਕਰਦਾ ਮੈਂ ਸੈਨਤ ਮਾਰ ਬੁਲਾ ਛੱਡਾਂ ਚਿਰ ਤੋਂ ਰੁੱਸਿਆ ਹੋਇਆਂ ਨੂੰ ਗੱਲ ਆ ਛੱਡਾਂ ਵਾਹ ਜੀ ਵਾਹ ਜਾਂ ਤਾਂ ਦੱਸਦੇ ਕਿਹੜੀ ਰੁੱਤੇ ਆਉਣਾ ਹੈ ਜਾਂ ਤਾਂ ਦੱਸਦੇ ਕਿਹੜੀ ਰੁੱਤੇ ਆਉਣਾ ਹੈ ਜਾਂ ਤਾਂ ਦੱਸਦੇ ਕਿਹੜੀ ਰੁੱਤੇ ਆਉਣਾ ਹੈ ਜਾਂ ਫਿਰ ਕਹਿ ਦੇ ਮੈਂ ਮਿਲਣੇ ਦਾ ਚਾ ਛੱਡਾਂ ਹਾਂ ਸੋ ਇਸ ਤਰ੍ਹਾਂ ਹੁੰਦਾ ਹੈ ਕਿ ਮੁਹੱਬਤ 'ਚ ਤਾਂ ਸਭ ਕੁਝ ਬਰਾਬਰ ਹੁੰਦਾ ਹੈ ਸਹੀ ਗੱਲ ਹੈ ਲੋਕ ਕਹਿ ਦਿੰਦੇ ਆ ਕਵਿਤਾ ਮੁਹੱਬਤ ਵਰਗੀ ਹੁੰਦੀ ਹੈ ਹਾਂਜੀ ਬਰਕਾਸ਼ੀ ਕੋਈ ਰੱਬ ਨੂੰ ਮੁਹੱਬਤ ਦਾ ਦਰਜਾ ਦੇ ਦਿੰਦਾ ਕੋਈ ਕਿਸੇ ਦੁਨਿਆਵੀ ਰਿਸ਼ਤੇ ਦੇ ਵਿੱਚ ਮੁਹੱਬਤ ਨੂੰ ਕੋਈ ਬਹੁਤ ਉੱਚਾ ਮਕਾਮ ਦੇ ਦਿੰਦਾ ਜਿਹੜੀ ਪਰਮਜੀਤ ਦੀ ਮੁਹੱਬਤ ਹੈ ਇਹ ਗਜ਼ਲ ਦੇ ਵਿੱਚੋਂ ਚੱਲਦੀ ਹੈ ਪਰਮਜੀਤ ਦੀ ਹੋਰ ਕਿਹੜੀ ਮੁਹੱਬਤ ਹੈ ਜਿਹੜੀ ਗਜ਼ਲ ਦੇ ਸਿਲਸਿਲੇ ਦੇ ਵਿੱਚ ਉਹਦੇ ਨਾਲ-ਨਾਲ ਚੱਲਦੀ ਹੈ ਤੇ ਪ੍ਰੇਰਿਤੀ ਹੈ ਮੇਰੀ ਪਤਨੀ ਪਹਿਲੀ ਮੁਹੱਬਤ ਦੂਸਰੀ ਗਜ਼ਲ ਤੇ ਤੇ ਤੀਜਾ ਮੇਰਾ ਕੰਮ ਹੈ ਜੋ ਕੰਮ ਨੂੰ ਮੈਂ ਸ਼ਾਇਦ ਲਿਖਣ ਨਾਲੋਂ ਵੀ ਜ਼ਿਆਦਾ ਪਹਿਲ ਦਿੰਦਾ ਜਾਂ ਮੈਂ ਕੰਮ ਕਰਦਾ ਕਰਦਾ ਮੈਂ ਤੁਹਾਡੀ ਗੱਲ ਨੂੰ ਰੋਕੂੰਗੀ ਹਾਂਜੀ ਕਲਾਕਾਰ ਕਲਾਕਾਰ ਹੀ ਨਹੀਂ ਹੁੰਦੇ ਕਲਾ ਜਿੱਥੇ ਹੁੰਦੀ ਆ ਉਹ ਰਹਿਣੀ ਰਹਿਣੀ ਆ ਉਸ ਤੋਂ ਪਹਿਲਾਂ ਕਾਰਜ ਕਰਨਾ ਪੈਂਦਾ ਕਾਰਜ਼ੀਆਂ ਜ਼ਿੰਮੇਵਾਰੀਆਂ ਚਲਾਉਣੀਆਂ ਪੈਂਦੀਆਂ ਨੇ ਹੈਨਾ ਮੈਨੂੰ ਤੁਹਾਡੀ ਗੱਲਬਾਤ ਤੋਂ ਪਤਾ ਲੱਗਾ ਜਿੱਦਾਂ ਸਾਡਾ رابطہ ਹੋਇਆ ਕਿ ਤੁਸੀਂ ਇੱਕ ਬਿਜ਼ਨਸਮੈਨ ਵੀ ਹੋ ਹਾਂਜੀ ਹੈਨਾ ਤੇ ਕਹਿੰਦੇ ਹੁੰਦੇ ਆ ਜਿਹੜੇ ਬਿਜ਼ਨਸਮੈਨ ਹੁੰਦੇ ਆ ਉਹ ਤਾਂ ਬੜਾ ਦਿਮਾਗ ਤੋਂ ਕੰਮ ਲੈਂਦੇ ਆ ਤੇ ਤੁਸੀਂ ਖੂਬਸੂਰਤ ਅਹਿਸਾਸ ਨੂੰ ਮੁਹੱਬਤ ਨੂੰ ਆਪਣੀਆਂ ਗਜ਼ਲਾਂ ਚ ਪਰੋ ਕੇ ਲੈ ਕੇ ਆਏ ਹੋ ਇਹ ਜਿਹੜਾ ਇਤਫਾਕ ਹੈ ਇਹ ਕਿੱਦਾਂ ਬਣ ਗਿਆ ਅ ਬਸ ਇਹ ਕਹਿ ਸਕਦੇ ਆ ਕਿ ਅ ਜਦੋਂ ਮੈਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਜਿੰਨਾ ਮੈਂ ਲਿਖਦਾ ਹੂੰ ਜਿੰਨਾ ਮੇਰੇ ਕੋਈ ਵੀ ਵਿਚਾਰ ਸੋਹਣੇ ਵਿਚਾਰ ਆਉਂਦੇ ਹਮੇਸ਼ਾ ਕੰਮ ਕਰਦੇ ਦੇ ਤੇ ਹੀ ਆਉਂਦੇ ਆ ਕਦੇ ਮੈਂ ਵਿਹਲੇ ਨੇ ਸਪੈਸ਼ਲ ਬੈਠ ਕੇ ਕਾਪੀ ਪੰਨ ਲੈ ਕੇ ਮੈਂ ਬੈਠਾ ਨਹੀਂ ਲਿਖਣ ਵਾਸਤੇ ਤੇ ਨਾ ਹੀ ਇਸ ਤਰ੍ਹਾਂ ਦਾ ਕੁਝ ਨਕਲੀ ਲਿਖਿਆ ਜਾਂਦਾ ਕੰਮ ਕਰਦੇ ਵਕਤ ਆਪਣੇ ਮਨ ਦੇ ਵਿੱਚ ਕੋਈ ਵੀ ਗਹਿਰਾ ਵਿਚਾਰ ਆ ਗਿਆ ਸੋਹਣਾ ਵਿਚਾਰ ਆ ਗਿਆ ਉਹਨੂੰ ਰਿਕਾਰਡਿੰਗ ਅੱਜ ਕੱਲ ਤਾਂ ਫੋਨ 'ਚ ਰਿਕਾਰਡਿੰਗ ਹੁੰਦੀ ਰਿਕਾਰਡ ਕਰ ਲਿਆ ਤੇ ਮੈਂ ਹਮੇਸ਼ਾ ਜਿੰਨਾ ਵੀ ਲਿਖਿਆ ਕੰਮ ਦੇ ਵਿੱਚ ਮਸਰੂਫ ਰਹਿੰਦੇ ਹੋਏ ਹੀ ਲਿਖਿਆ ਹੂੰ ਤੇ ਮੈਨੂੰ ਉਹ ਵਧੀਆ ਲੱਗਦਾ ਤੇ ਉਹਦੇ ਨਾਲ ਇੱਕ ਤਾਂ ਧਿਆਨ ਆਪਣਾ पटਕਦਾ ਨਹੀਂਗਾ ਤੇ ਸ਼ੇਅਰ ਵੀ オリジナル ਆਉਂਦੇ ਆ ਜਿਹੜੇ ਕੰਮ ਚ ਆਪਾਂ ਹੁੰਨੇ ਆ ਜਿਹੜਾ ਜਿਹੜੇ ਯਥਾਰਥ ਨਾਲ ਜੁੜੇ ਹੁੰਦੇ ਜਿਹੜਾ ਥੋੜਾ ਉਹ ਉਸ ਸਮੇਂ ਦੇ ਜਿਹੜੇ ਭਾਵ ਹੈਗੇ ਆ ਉਹ ਵਿਅਕਤ ਹੁੰਦੇ ਆ ਬਿਲਕੁਲ ਬਿਲਕੁਲ ਅ اچھا ਪਰਮਜੀਤ ਜੀ ਜਿਵੇਂ ਅਸੀਂ ਅੱਜ ਕੱਲ ਵੇਖਦੇ ਆ ਪਹਿਲਾਂ ਵੀ ਗੱਲ ਹੋ ਚੁੱਕੀ ਆ ਕਿ ਜਿਹੜੇ ਸਾਹਿਤ ਦੇ ਵਿੱਚ ਗੁਣਾਤਮਕ ਤੇ ਗਿਣਾਤਮਕ ਪੱਖ ਦੀ ਜਦੋਂ ਗੱਲ ਹੁੰਦੀ ਆ ਗੁਣਾਤਮਕ ਪੱਖ ਤੇ ਸਾਡੇ ਕੋਲੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਪੁਰਾਣਾ ਸਾਹਿਤ ਪਿਆ ਹਾਂਜੀ ਉਹਦੇ ਤੋਂ ਬਾਅਦ ਜਿਹੜੀਆਂ ਨਵੀਆਂ ਕਵਿਤਾਵਾਂ ਆ ਰਹੀਆਂ ਉਹਦੇ ਵਿੱਚ ਵਾਧਾ ਹੋ ਰਿਹਾ ਹਾਂਜੀ ਪਰ ਜਿਹੜਾ ਉਹਦਾ ਅਸਲ ਸਵਾਦ ਆ ਉਹ ਮਰ ਰਿਹਾ ਖਤਮ ਹੋ ਰਿਹਾ ਜੂਝ ਰਿਹਾ ਬਿਲਕੁਲ ਸਹੀ ਗੱਲ ਆ ਤੁਹਾਡੀ ਇਹੋ ਹੀ ਗੱਲ ਵੀ ਉਹ ਮਨ ਨੂੰ ਉਥੇ ਲਿਜਾ ਕੇ ਕੋਸ ਜੇ ਆਪਾਂ ਕਿਸੇ ਰਿਸ਼ਤੇ ਦੇ ਵਿੱਚ ਆਪਾਂ ਜਾਣੇ ਆ ਜਾਂ ਕਿਸੇ ਰਿਸ਼ਤੇ ਬਾਰੇ ਕੁਝ ਲਿਖਣਾ ਹੈ ਮੁਹੱਬਤ ਬਾਰੇ ਮਾਂ ਬਾਰੇ ਪਿਤਾ ਬਾਰੇ ਆਪਣੇ ਮਨ ਨੂੰ ਡੂੰਘਾਈ ਨਾਲ ਉਸ ਰਿਸ਼ਤੇ ਤੱਕ ਲਿਜਾ ਕੇ ਫਿਰ ਜੋ ਲਫ਼ਜ਼ ਵਿੱਚੋਂ ਉਪਜਦੇ ਆ ਸਹੀ ਗੱਜਲ ਜਾਂ ਸਹੀ ਕਵਿਤਾ ਤਾਂ ਉਹੀ ਹੁੰਦੀ ਹੈ ਜੋ ਸਿਰਫ ਅੱਜਕੱਲ੍ਹ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਸਟੇਟਸ ਪਾਉਣ ਆਸਤੇ 2 ਮਿੰਟਾਂ 'ਚ ਕੋਈ ਵੀ ਸ਼ਬਦ ਲਿਖੇ ਪਾਤੇ ਚਾਹੇ ਲਾਈਨਾਂ ਵੀ ਜੁੜਦੀਆਂ ਸ਼ੇਅਰ ਵੀ ਬਣ ਜਾਂਦਾ ਪਰ ਉਹਦੇ 'ਤੇ ਵਿੱਚ ਸੱਚਾਈ ਨਹੀਂ ਹੁੰਦੀ ਤੇ ਸੱਚਾਈ ਹੋਣੀ ਜ਼ਰੂਰੀ ਹੈ ਪਰਮਜੀਤ ਜੀ ਮੈਨੂੰ ਤੁਹਾਡੀ ਗੱਲ ਦੇ ਵਿੱਚੋਂ ਗੱਲ ਨਿਕਲ ਕੇ ਸਾਹਮਣੇ ਆ ਗਈ ਆ ਜਿਹੜੇ ਤੁਸੀਂ ਕਿਹਾ ਕਿ ਸੋਸ਼ਲ ਮੀਡੀਆ ਤੇ 1 ਮਿੰਟ ਚ ਗਜ਼ਲ ਆ ਗਈ ਕਿਸੇ ਦੀ ਕਵਿਤਾ ਆ ਗਈ ਹਾਂਜੀ ਉਹ ਜਿਹੜਾ ਇੱਕ ਕਲਾ ਦਾ ਰਸ ਹੁੰਦਾ ਇੱਕ ਲੇਖਣੀ ਦਾ ਰਸ ਹੁੰਦਾ ਹੂੰ ਹੂੰ ਉਹਨੂੰ ਉਹਨਾਂ ਕਵਿਤਾਵਾਂ ਚ ਜੋ ਧੜਾ ਧੜਾ ਆ ਰਿਹਾ ਹਵਾ ਦੇ ਬੁੱਲਿਆ ਵਾਂਗ ਆ ਜਾ ਰਿਹਾ ਉਹਦੇ ਚ ਕਿਤੇ ਉਹ ਅਹਿਸਾਸ ਹੁੰਦਾ ਹੂੰ ਬਿਲਕੁਲ ਜਦੋਂ ਉਹ ਆਪਾਂ ਨੂੰ ਜੇ ਤੁਸੀਂ ਵੀ ਪੜੋਗੇ ਜਾਂ ਮੈਂ ਵੀ ਪੜਦਾ ਆਪਾਂ ਨੂੰ ਉਹੀ ਚੀਜ਼ ਦਿਲ ਨੂੰ ਟੁੰਬਦੀ ਆ ਜਾਂ ਚੰਗੀ ਲੱਗਦੀ ਆ ਜੋ ਆਪਣੇ ਨੇੜੇ ਹੋਊਗੀ ਦੇਖੋ ਸ਼ੇਰ ਜਾਂ ਕਵਿਤਾ ਜਾਂ ਗਜ਼ਲ ਚਾਹੇ ਵਿਦਾ ਕੋਈ ਵੀ ਹੋਵੇ ਪਰ ਉਹ ਹਰੇਕ ਬੰਦੇ ਦੇ ਆਪਣੀ ਜਿਹੜਾ ਵੀ ਬੰਦਾ ਪੜ੍ਹੇ ਉਸ ਨੂੰ ਐ ਲੱਗੇ ਕਿ ਮੇਰਾ ਅਹਿਸਾਸ ਲਿਖਿਆ ਹੋਇਆ ਹੂੰ ਜਾਂ ਹੈ ਮੇਰੀ ਮਾਂ ਲਈ ਲਿਖੀ ਹੋਈ ਹੈ ਜਾਂ ਮੇਰੀ ਧੀ ਲਈ ਲਿਖੀ ਹੋਈ ਹੈ ਜਾਂ ਪੁੱਤ ਲਈ ਲਿਖੀ ਹੋਈ ਹੈ ਜਨਾਂ ਚ ਰ ਇਹ ਅਹਿਸਾਸ ਨਹੀਂ ਆਉਂਦੇ ਪਿਆਰ ਦੇ ਅਹਿਸਾਸ ਨਹੀਂ ਆਉਂਦੇ ਉਹਨਾਂ ਚ ਰ ਉਹ ਆਪਣੇ ਦਿਲ ਨੂੰ ਟੁੰਬਦੀ ਨਹੀਂ ਉਹ ਨਕਲੀਪਣ ਆਪ ਨੂੰ ਆਪਣੇ ਆਪ ਹੀ ਝਲਕ ਜਾਂਦਾ ਵਿੱਚੋਂ ਜਿੱਦਾਂ ਕਿ ਅਸੀਂ ਪਰਮਜੀਤ ਜੀ ਦੀ ਪਾਠਕਾਂ ਤੋਂ ਸੁਣਦੇ ਆ ਜਾਂ ਜਿਹੜੇ ਦਰਸ਼ਕ ਤੁਹਾਨੂੰ ਸਾਹਮਣੇ ਬੈਠ ਕੇ ਮੰਚ ਤੋਂ ਸੁਣਦੇ ਆ ਵੇਖਦੇ ਆ ਤੁਹਾਨੂੰ ਉਹਨਾਂ ਦੀ ਦਾਤ ਤੋਂ ਪਤਾ ਲੱਗ ਜਾਂਦਾ ਕਿ ਤੁਸੀਂ ਆਪਣੇ ਮੁਕਾਮ ਦੇ ਵਿੱਚ ਕਿੰਨੇ ਕ ਸਫਲ ਹੋ ਗਏ ਹੋ ਬਿਲਕੁਲ ਹੈਨਾ ਪਰ ਜਿੱਥੇ ਅੱਜ ਕਵਿਤਾ ਦੇ ਨਾਲ ਛੇੜਛਾੜ ਵੀ ਹੋ ਰਹੀ ਹੈ ਕਵਿਤਾ ਦਾ ਜਿਹੜਾ ਰਵਾਇਤੀ ਰੂਪ ਹੈਗਾ ਉਹ ਗੁੰਮ ਹੋ ਗਿਆ ਹੈ ਨਾ ਤੇ ਤੁਸੀਂ ਗਜ਼ਲ ਜਿਹਨੂੰ ਕਿਹਾ ਜਾਂਦਾ ਕਿ ਸਾਹਿਤੀ ਸਭ ਤੋਂ ਔਖੀ ਵਿਦਾ ਕਿਹਾ ਜਾਂਦਾ ਕਿ ਕਾਫੀ ਅਰਦੀਫ ਦੀ ਸਮਝ ਹੋਣੀ ਜ਼ਰੂਰੀ ਹੈ ਮਤਲੇ ਦਾ ਪਤਾ ਹੋਣਾ ਚਾਹੀਦਾ ਤੁਹਾਨੂੰ ਇਹ ਜਿਹੜੀ ਇੱਕ ਤਕਨੀਕ ਹੈ ਨਾ ਇਹ ਤਕਨੀਕ ਬਾਰੇ ਜ਼ਰੂਰ ਗੱਲ ਕਰਨੀ ਆਪਾਂ ਤਕ ਨਹੀਂ ਕਿ ਜਿਵੇਂ ਆਪਾਂ ਇੱਕ ਵਾਰ ਕਹੀਏ ਕਿ ਜਿਸ ਤਰ੍ਹਾਂ ਇੱਕ ਟਿਊਨ ਹੁੰਦੀ ਹੈ ਕਿਸੇ ਸੌਂਗ ਦੀ ਉਹ ਜੋ ਵੀ ਬਹਿਰ ਹੈ ਜਾਂ ਕੁਝ ਵੀ ਹੈ ਜਦੋਂ ਆਪਣੇ ਮਨ ਦੇ ਵਿੱਚ ਬਹਿ ਜਾਂਦੀ ਹੈ ਤਾਂ ਜਿਹੜੀ ਵੀ ਆਪਣੇ ਅੰਦਰ ਕੋਈ ਸ਼ੇਅਰ ਨਿਕਲਦਾ ਉਹ ਵਿੱਚ ਉਹਦੇ ਆਟੋਮੈਟਿਕ ਫਿੱਟ ਹੋ ਕੇ ਨਿਕਲਦਾ ਤੇ ਆਪਾਂ ਨੂੰ ਆਪਣੇ ਆਪ ਹੀ ਮਹਿਸੂਸ ਹੋਣ ਲੱਗ ਪੈਂਦਾ ਜੇ ਕੋਈ ਅੱਖਰ ਦਾ ਵਾਧਾ ਘਾਟ ਹੈ ਜਾਂ ਕੁਝ ਵੀ ਹੈ ਤੋ ਉਹ ਆਪਣੇ ਆਪ ਹੀ ਆਪਣੇ ਮਨ ਚ ਹੋ ਜਾਂਦਾ ਵੀ ਆ ਲਫ਼ਜ਼ ਨਹੀਂ ਆਊਗਾ ਯਾਰ ਜੀ ਹੁਣ ਇਹ ਆ ਗਈ ਇੱਕ ਤਕਨੀਕੀ ਪੱਖ ਦੀ ਗੱਲ ਜਿਹਨੂੰ ਅਸੀਂ ਕਹਿੰਦੇ ਕੰਪੋਜ਼ ਹੁੰਦਾ ਸਭ ਤੋਂ ਪਹਿਲਾਂ ਸ਼ਬਦਾਂ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਇੱਕ ਧੁਨੀ ਆਉਂਦੀ ਹੈ ਧੁਨੀ ਆਉਂਦੀ ਹੈ ਬਿਲਕੁਲ ਸਹੀ ਜਿੱਥੋਂ ਇੱਕ ਰਸ ਉਪਜਦਾ ਜਿਹੜਾ ਇੱਕ ਲੈ ਦੇ ਵਿੱਚ ਬਹਿ ਕੇ ਸਾਡੇ ਲਫ਼ਜ਼ਾਂ ਦੇ ਵਿੱਚ ਆ ਜਾਂਦਾ ਤੇ ਅੱਗੇ ਫਿਰ ਉਹ ਗ਼ਜ਼ਲ ਬਣ ਜਾਂਦਾ ਜਿਹੜਾ ਤੁਹਾਡਾ ਗ਼ਜ਼ਲਾਂ ਦਾ ਰੂਪ ਹੈ ਹਾਂਜੀ ਉਹ ਤੁਸੀਂ ਜਿਹੜੀ ਤੁਹਾਡੀ ਬਹਿਰ ਉਹ ਕਿਸ ਹਿਸਾਬ ਦੀ ਹੁੰਦੀ ਹੈ ਬਹਿਰ ਜਿਵੇਂ ਇਹਦੇ ਚ ਫੈਲੋਂ ਬਹਿਰਾ ਜਾਂਦੀ ਹੈ ਮਫਾਇਲ ਹੋਣਾ ਕੁਝ ਫਾਇਲਾਤ ਹੋਣਾ ਤਿੰਨ ਕ ਬਹਿਰਾ ਦੇ ਵਿੱਚ ਮੈਂ ਜ਼ਿਆਦਾ ਲਿਖਦਾ ਜ਼ਿਆਦਾ ਗਹਿਰਾਈ ਨਾਲ ਤਾਂ ਮੈਂ ਵੀ ਕਿਉਂਕਿ ਜਿਵੇਂ ਕਹਿੰਦੇ ਹੁੰਦੇ ਗਜ਼ਲ ਚ ਤਾਂ ਬਹੁਤ ਵੱਡੇ ਬਾਬੇ ਬੈਠੇ ਆ ਜ਼ਿਆਦਾ ਗਹਿਰਾਈ ਨਾਲ ਤਾਂ ਮੈਂ ਵੀ ਕੁਝ ਇਹਨਾਂ ਬਾਰੇ ਨਹੀਂ ਕਹੂੰਗਾ ਪਰ ਮੈਂ ਤਿੰਨ ਕ ਬਹਿਰਾ ਜਿਹਦੇ ਵਿੱਚ ਮੈਂ ਲਿਖਦਾ ਅਕਸਰ ਗਜ਼ਲ ਦੇ ਵਿੱਚ ਤੇ ਉਹ ਮੇਰੇ ਦਿਮਾਗ ਦੇ ਵਿੱਚ ਫਿੱਟ ਬੈਠੀਆਂ ਹੋਈਆਂ ਮੈਂ ਇਹਨਾਂ ਦੇ ਵਿੱਚ ਜ਼ਿਆਦਾ ਲਿਖਦਾ ਇਹ ਪਰਮਜੀਤ ਨੂੰ ਕਿੱਥੋਂ ਪਤਾ ਲੱਗਾ ਕਿ ਜਿਹੜੀਆਂ ਇਹ ਹੈ ਬਹਿਰਾ ਹੈਗੀਆਂ ਮੈਂ ਇਹਨਾਂ ਚ ਹੀ ਲਿਖਣਾ ਉਹ ਜਿਵੇਂ ਕਹਿੰਦੇ ਹੁੰਦੇ ਲੋੜ ਕਾੜ ਦੀ ਮਾਂ ਉਹ ਗੱਲ ਹੈ ਜਦੋਂ ਮੈਨੂੰ ਕਿਹਾ ਕਿ ਤੇਰੀ ਕਵਿਤਾ ਗ਼ਜ਼ਲ ਦੇ ਨੇੜੇ ਆ ਫਿਰ ਮੈਂ ਸੋਚਿਆ ਮੈਂ ਫਿਰ ਗ਼ਜ਼ਲ ਦੀਆਂ ਜੋ ਕਿਤਾਬਾਂ ਹੁੰਦੀਆਂ ਹੈ ਜਿਵੇਂ ਗ਼ਜ਼ਲ ਕੀ ਹੈ ਜਾਂ ਹੋਰ ਚਾਰ ਪੰਜ ਕਿਤਾਬਾਂ ਦਾ ਮੈਂ ਕੀਤਾ ਪਰ ਮੈਨੂੰ ਉਹ ਜਿਆਦਾ ਉਹ ਉਹ ਤਾਂ ਬਹੁਤ ਔਖਾ ਕੰਮ ਲੱਗਿਆ ਪਰ ਮੈਨੂੰ ਉਹ ਜਿਹੜਾ ਮੀਟਰ ਸੀ ਨਾ ਮੀਟਰ ਦੀ ਸਮਝ ਆ ਗਈ ਤੇ ਫਿਰ ਉਹ ਮੀਟਰ ਦੇ ਅਨੁਸਾਰ ਮੈਂ ਲਿਖਣਾ ਸ਼ੁਰੂ ਕਰਤਾ ਹੈ ਜਿਹੜੀ ਮਤਲਬ ਖਾਸ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਦੋਂ ਅਸੀਂ ਕਿਸੇ ਕਲਾ ਦੀ ਕੋਈ ਕਿਰਤਵਲ ਸਾਹਿਤ ਦੀ ਕਿਰਤਵਲ ਬਦਨਾ ਤਾਂ ਉਹਦਾ ਜਿਹੜਾ ਮੂਡਲਾ ਹੈਗਾ ਇੱਕ ਬੇਸ ਕਹਿ ਦਈਏ ਜੀ ਨੂੰ ਹਨ ਮੂਡਲਾ ਉਹਦੀ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਉਹਦੇ ਤਕਨੀਕੀ ਪੱਖ ਤੋਂ ਅਸੀਂ ਜਾਣੂ ਹੋਣੇ ਚਾਹੀਦੇ ਆ ਤਾਂ ਕਿ ਜਿਹੜੀ ਗਜ਼ਲ ਦਾ ਅਸਲ ਰੂਪ ਹੈਗਾ ਉਹ ਪਾਠਕਾਂ ਦੇ ਚਹਾਚਰ ਕਰ ਸਕੀਏ ਜਿਹੜਾ ਤੁਸੀਂ ਤਕਨੀਕੀ ਪੱਖ ਦੱਸਿਆ ਮੈਨੂੰ ਲੱਗਦਾ ਜਿਹੜੇ ਸਾਡੇ ਨਵੇਂ ਨੌਜਵਾਨ ਨੇ ਕਵਿਤਾ ਦੇ ਰਾਤ ਉਰੇ ਨੇ ਗਜ਼ਲ ਨੂੰ ਲਿਖਣਾ ਲੋਚਦੇ ਨੇ ਜਾਂ ਕਹਿਣਾ ਲੋਚਦੇ ਨੇ ਉਹਨਾਂ ਲਈ ਇਹ ਬਹੁਤ ਇੱਕ ਸਾਰਥਕ ਗੱਲ ਥੋੜੀ ਹੈਗੀ ਆ ਜਿਹੜੀ ਉਹ ਸਾਹਮਣੇ ਆਈ ਆ ਮੈਂ ਚਾਹੁੰਨੀ ਆ ਕਿ ਜਿਹੜਾ ਤੁਸੀਂ ਤਕਨੀਕੀ ਪੱਖ ਤੁਸੀਂ ਰੱਖਿਆ ਤੁਹਾਡੀਆਂ ਗਜ਼ਲਾਂ ਬਹੁਤ ਸੋਹਣੇ ਧਾਗੇ ਚ ਪੁਰੋਈਆਂ ਹੋਈਆਂ ਸੋਹਣੇ ਮੋਤੀ ਨੇ ਅਸੀਂ ਚਾਹੁੰਦੇ ਆ ਕਿ ਸਾਡੇ ਪਾਠਕਾਂ ਤੇ ਦਰਸ਼ਕਾਂ ਨੂੰ ਤੁਸੀਂ ਆਪਣੀ ਗਜ਼ਲ ਉਹਨਾਂ ਦੀ ਨਜ਼ਰ ਕਰੋ ਹਾਂਜੀ ਸ਼ੁਕਰੀਆ ਮੈਂ ਗਜ਼ਲ ਕਰਦਾ ਹਾਂ ਕਿ ਜ਼ਿੰਦਗੀ ਨੂੰ ਜ਼ਿੰਦਗੀ ਦੇ ਰੂਬਰੂ ਹੀ ਕਰਦੇ ਆ ਹੂੰ ਜ਼ਿੰਦਗੀ ਨੂੰ ਜ਼ਿੰਦਗੀ ਤੇ ਰੂਬਰੂ ਹੀ ਕਰਦੇ ਆ ਹੋ ਗਿਆ ਬਿਲਕੁਲ ਉਲਟ ਹੂਬ ਹੂ ਹੀ ਕਰਦੇ ਆ ਹੂੰ ਜ਼ਿੰਦਗੀ ਨੂੰ ਜ਼ਿੰਦਗੀ ਤੇ ਰੂਬਰੂ ਹੀ ਕਰਦੇ ਆ ਹੋ ਗਿਆ ਹੈ ਬਿਲਕੁਲ ਉਲਟ ਹੂਬ ਹੂ ਹੀ ਕਰਦੇ ਆ ਔਰ ਰਿਸ਼ਤਿਆਂ ਵਿੱਚ ਨਾਤਿਆਂ ਵਿੱਚ ਹੋਰ ਗੂੜਾ ਫਸ ਗਿਆ ਹੂੰ ਰਿਸ਼ਤਿਆਂ ਵਿੱਚ ਨਾਤਿਆਂ ਵਿੱਚ ਹੋਰ ਗੂੜਾ ਫਸ ਗਿਆ ਜਾਨ ਨੂੰ ਫਾਨੀ ਪਲਾਂ ਤੋਂ ਸੁਰਖ ਰੋਹੀ ਕਰਦਿਆਂ ਵਾਹ ਜੀ ਔਰ ਪਾਟ ਗਏ ਕੁਝ ਉੱਧੜੇ ਕੁਝ ਸਾਂਭ ਲਏ ਸਿਉਂ ਰੱਖ ਲਏ ਹੂੰ ਪਾਟ ਗਏ ਕੁਝ ਉੱਧੜੇ ਕੁਝ ਸਾਂਭ ਲਏ ਸਿਉਂ ਰੱਖ ਲਏ ਜ਼ਿੰਦਗੀ ਗੁਜ਼ਰੇਗੀ ਬਸ ਰਿਸ਼ਤੇ ਰਫੂਹੀ ਕਰਦਿਆਂ ਵਾਹ ਜੀ ਔਰ ਵੱਡਿਆਂ ਮਹਿਲਾਂ ਚ ਰਹਿ ਕੇ ਮਿੱਟੀ ਦਾ ਘਰ ਯਾਦ ਹੈ ਹੂੰ ਵੱਡਿਆਂ ਮਹਿਲਾਂ ਚ ਰਹਿ ਕੇ ਮਿੱਟੀ ਦਾ ਘਰ ਯਾਦ ਹੈ ਮਾਂ ਜਦੋਂ ਦਿਸਦੀ ਤਾਂ ਦਿਸਦੀ ਗੁਫ਼ਤਗੋਹੀ ਕਰਦਿਆਂ ਵਾਹ ਜੀ ਮਾਂ ਜਦੋਂ ਦਿਸਦੀ ਤਾਂ ਦਿਸਦੀ ਗੁਫ਼ਤਗੋਹੀ ਕਰਦਿਆਂ ਪਰਮਜੀਤ ਜੀ ਬਹੁਤ ਸੋਹਣੀ ਗਾਜ਼ਲ ਕਹੀ ਹੈ ਤੁਸੀਂ ਮਾਂ ਦੀ ਗੱਲ ਕੀਤੀ ਹੈ ਤਾਂ ਕਿਹਾ ਚਾਹੁੰਦਾ ਕਿ ਮਾਂ ਨੂੰ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਆ ਬਿਲਕੁਲ ਰਚਨਾਕਾਰ ਨੂੰ ਉਹਦੇ ਸਾਰੀਆਂ ਰਚਨਾਵਾਂ ਇੱਕੋ ਜੀਆਂ ਹੁੰਦੀਆਂ ਪਰ ਕਿਤੇ ਨਾ ਕਿਤੇ ਇਹ ਗੱਲ ਆਉਂਦੀ ਹੈ ਕਿ ਜਿਹੜੀ ਇੱਕ ਰਚਨਾ ਉਹ ਬਹੁਤ ਖਾਸ ਹੁੰਦੀ ਹੈ ਜਿੱਥੇ ਉਹਨੂੰ ਲੱਗਦਾ ਕਿ ਨਹੀਂ ਮੈਂ ਜਿੱਥੇ ਵੀ ਬੈਠਾ ਮੈਂ ਮਹਿਫਲ ਦੇ ਵਿੱਚ ਬੈਠਾ ਤਾਂ ਮੈਂ ਇਹ ਆਪਣੀ ਗਾਜ਼ਲ ਚ ਆਪਣੀ ਰਚਨਾ ਮੈਂ ਆਪਣੇ ਦਰਸ਼ਕਾਂ ਨਾਲ ਪਾਠਕਾਂ ਨਾਲ ਸਾਂਝੀ ਕਰਾਂ ਅਸੀਂ ਉਹ ਗਜ਼ਲ ਜਿਹੜੀ ਤੁਹਾਡੇ ਦਿਲ ਦੇ ਬਹੁਤ ਕਰੀਬ ਆ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਬਾਰ-ਬਾਰ ਸੁਣਾਓ ਹਾਂਜੀ ਜੀ ਇਹ ਗਜ਼ਲ ਮੇਰੇ ਯਾਰਾਂ ਦੋਸਤਾਂ ਨੂੰ ਵੀ ਕਾਫੀ ਪਸੰਦ ਆ ਤੇ ਮੇਰੇ ਵੀ ਕਾਫੀ ਹਮ ਕਿ ਲੱਗੀ ਸੁਨ ਸਮਾਤ ਤੇ ਚੁੱਪ ਲੱਗੀ ਸੁਨ ਸਮਾਤ ਤੇ ਚੁੱਪ ਲੱਗੀ ਸੁਨ ਸਮਾਤ ਤੇ ਚੁੱਪ ਮੁੱਕੇ ਵਾਦ ਵਿਵਾਦ ਤੇ ਚੁੱਪ ਹਮ ਜਦ ਤੋ ਲਿਵ ਮਾਹੀ ਸੰਗ ਲੱਗੀ ਹਮ ਜਦ ਤੋ ਲਿਵ ਮਾਹੀ ਸੰਗ ਲੱਗੀ ਛਿੜੇ ਇਲਾਹੀ ਨਾਦ ਤੇ ਚੁੱਪ ਹੂੰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਮੇਰੀ ਜਿਹੜੀ ਬੁੱਕ ਆ ਰਹੀ ਆ ਉਹਦਾ ਨਾਮ ਇਲਾਹੀ ਨਾਦ ਹੈ ਇਲਾਹੀ ਨਾਦ ਇਲਾਹੀ ਨਾਦ ਤੇ ਇਹ ਜਿਵੇਂ ਸ਼ੇਰ ਦੇ ਵਿੱਚ ਵੀ ਆਉਂਦਾ ਹੂੰ ਕਿ ਜਦ ਤੋ ਲਿਵ ਮਾਹੀ ਸੰਗ ਲੱਗੀ ਛਿੜੇ ਇਲਾਹੀ ਨਾਦ ਤੇ ਚੁੱਪ ਹੂੰ ਔਰ ਸ਼ੇਰ ਦੇਖਣਾ ਕਿ ਆਲੇ ਸੀਨਾ ਉਹ ਪੈ ਤੀਰ ਹੂੰ ਆਲੇ ਸੀਨਾ ਉਹ ਪੈ ਤੀਰ ਚੁੱਕ ਨਿਸ਼ਾਨਾ ਸਾਹ ਤੇ ਚੁੱਪ ਹੂੰ ਔਰ ਤੇਰਾ ਮਸਲਾ ਗੱਲਾਂ ਕਰਨੀਆਂ ਹੂੰ ਤੇਰਾ ਮਸਲਾ ਗੱਲਾਂ ਕਰਨੀਆਂ ਸਾਡਾ ਸੁਣਨ ਸਵਾਦ ਤੇ ਚੁੱਪ ਹੂੰ ਔਰ ਤੇਰੇ ਕਰਕੇ ਗੱਲਾਂ ਸੀ ਸਭ ਹੂੰ ਤੇਰੇ ਕਰਕੇ ਗੱਲਾਂ ਸੀ ਸਭ ਤੇਰੇ ਜਾਨ ਤੋਂ ਬਾਤ ਤੇ ਚੁੱਪ ਤੇਰੇ ਜਾਨ ਤੋਂ ਬਾਤ ਤੇ ਚੁੱਪ ਵਾਕਈ ਪਰਮਜੀਤ ਜੀ ਸੱਚੀ ਤੁਸੀਂ ਸਵਾਦ ਲਿਆਤਾ ਜਿਹੜੀ ਤੁਹਾਡੀ ਚੁੱਪ ਆ ਨਾ ਇਹਦੇ ਵਿੱਚ ਸ਼ੋਰ ਬੜਾ ਹਾਂਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੁਹਾਡੀਆਂ ਸਾਰੀਆਂ ਗੱਜ਼ਲਾਂ ਦੀ ਇੱਕ ਕਿਤਾਬ ਆ ਰਹੀ ਹੈ ਇਲਾਹੀਨਾਤ ਹਾਂਜੀ ਉਹਦੇ ਵਿੱਚ ਕੁਝ ਵੱਖਰਾ ਰੰਗ ਅ ਨਹੀਂ ਮੇਰੇ ਕੋਲੇ ਗਜ਼ਲਾਂ ਦਾ ਮੈਟਰ ਕਿਉਂਕਿ ਕਾਫੀ ਹੋ ਚੁੱਕਿਆ ਸੀਗਾ ਜੀ ਤਾਂ ਉਹਦੇ ਵਿੱਚੋਂ ਮੈਂ ਚੁਣਮੀਆਂ ਗਜ਼ਲਾਂ ਜਿਹੜਾ ਮੈਂ ਆਪ ਤੇ ਸਾਰੇ ਮੈਟਰ ਦੇ ਵਿੱਚੋਂ ਚੁਣ ਕੇ ਬਸ ਉਹਦੇ ਚੁਣਮੀਆਂ ਗਜ਼ਲਾਂ ਹੀ ਕਰ ਰਿਹਾ ਪਹਿਲਾਂ ਤਾਂ ਇਸ ਤੋਂ ਇਲਾਵਾ ਨਹੀਂ ਫਿਰ ਅਗਲੀ ਕਿਤਾਬ ਦੇ ਵਿੱਚ ਜੇ ਕੋਈ ਹੋ ਸਕਿਆ ਤਾਂ ਇੱਕ ਦੋ ਗੀਤ ਅਡਜਸਟ ਕਰਾਂਗੇ ਪਰੰਗੀ ਚੀਜ਼ ਜਦੋਂ ਰਚਨਾਕਾਰ ਨੂੰ ਪਤਾ ਲੱਗਦਾ ਕਿ ਉਹ ਸਫਲ ਹੋ ਗਿਆ ਆਪਣੇ ਮੁਕਾਮ ਦੇ ਵਿੱਚ ਹਾਂਜੀ ਕਲਾਕਾਰ ਕਹਿੰਦੇ ਆ ਕਦੇ ਸੰਤੁਸ਼ਟ ਨਹੀਂ ਹੁੰਦਾ ਹੰਮਰ ਉਹਦੀ ਦੌੜ ਲਗਾਤਾਰ ਲੱਗੀ ਰਹਿੰਦੀ ਹੈ ਪਰ ਉਹਦੀ ਦੌੜ ਆਪਣੀ ਕਲਾ ਨੂੰ ਲੈ ਕੇ ਹੁੰਦੀ ਹੈ ਹਾਂਜੀ ਹੈਨਾ ਤੁਸੀਂ ਜਦੋਂ ਗਜ਼ਲ ਗਾਉਂਦੇ ਹੋ ਬਹੁਤ ਸਾਰੇ ਅਸੀਂ ਸਾਹਿਤਕਾਰ ਦੇਖਦੇ ਆ ਰਚਨਾਕਾਰ ਦੇਖਦੇ ਆ ਉਹਨਾਂ ਨੂੰ ਲੱਗਦਾ ਕਿ ਸਾਡੀ ਜਿਹੜੀ ਆ ਗਜ਼ਲ ਆ ਇਹਨੂੰ ਤਰਨਮ ਚ ਗਾਇਆ ਜਾਵੇ ਜਾਂ ਕੋਈ ਗਾਇਕ ਗਾਵੇ ਤੁਹਾਡਾ ਕੋਈ ਐਦਾਂ ਦਾ ਸੁਪਨਾ ਹੋਵੇ ਜਿਹੜਾ ਤੁਹਾਨੂੰ ਲੱਗਦਾ ਕਿ ਕੋਈ ਗਾਇਕ ਸੁਣਾਵੇ ਲੋਕਾਂ ਤੱਕ ਤਰਨਮ ਦੇ ਰੂਪ ਚ ਮੇਰਾ ਦੋਸਤ ਹੈ ਪਵਨਦੀਪ ਚੋਹਾਨ ਬੜੀ ਖੂਬਸੂਰਤ ਆਵਾਜ਼ ਹੈ ਉਹ ਅਕਸਰ ਇੱਕ ਦੋ ਗਜ਼ਲਾਂ ਮਰੀਆਂ ਵਿੱਚੋਂ ਸ਼ੇਰ ਗੁੰਗਣਾਉਂਦਾ ਹੁੰਦਾ ਉਹ ਬੜੇ ਪਿਆਰੇ ਲੱਗਦੇ ਆ ਮੈਂ ਉਹਨੂੰ ਕਿਹਾ ਵੀ ਤੂੰ ਇੱਕ ਗਾਵੇ ਇੱਥੇ ਰਿਕਾਰਡ ਕਰੀਏ ਤਾਂ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਸਾਡੀ ਇੱਕ ਗਜ਼ਲ ਉਹਦੇ ਆਵਾਜ਼ ਵਿੱਚ ਰਿਕਾਰਡ ਵੀ ਹੋ ਗਈ ਹੈ ਮੈਂ ਜਿੰਨਾ ਗੱਲ ਕੀਤੀ ਹੈ ਜਿਵੇਂ ਹੁਣ ਸਾਡੀਆਂ ਕੁਝ ਜਿਹੜੀਆਂ ਸਾਹਿਤਕ ਕਿਰਤਾਂ ਨੇ ਉਹਨਾਂ ਤੇ ਕੋਰੀਓਗ੍ਰਾਫੀਜ਼ ਹੁੰਦੀਆਂ ਹਾਂਜੀ ਉਹਨਾਂ ਤੇ ਫਿਲਮਾਂ ਬਣ ਜਾਂਦੀਆਂ ਨੇ ਬਿਲਕੁਲ ਸਹੀ ਜਿਵੇਂ ਕਿ ਸਾਡੀ ਪੰਜਾਬੀ ਦੇ ਇੱਕ ਹੋਰ ਸ਼ਾਇਰ ਹੈਗੇ ਆ ਰਿਸ਼ੀ ਹਿੰਦਕਪਾਲ ਉਹਨਾਂ ਦੀ ਇੱਕ ਕਿਤਾਬ ਆਈ ਹੈ 84 ਉਹਦੇ ਤੇ ਸ਼ਾਇਦ ਕੋਈ ਵੈਬ ਸੀਰੀਜ਼ ਵੀ ਆਈ ਹੈ ਹਾਂਜੀ ਉਹਦੇ ਤੇ ਗ੍ਰਹਿਣ ਨਾਮ ਦੀ ਇੱਕ ਵੈਬ ਸੀਰੀਜ਼ ਬਣੀ ਸੀ ਜਿਸ ਦਾ ਮੁੱਖ ਭੂਮਿਕਾ ਆਵਮ ਕਾ ਗੱਬੀ ਨੇ ਨਿਭਾਈ ਸੀ ਤੇ ਉਹ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਸਾਡੇ ਦੋਸਤ ਰਿਸ਼ੀ ਹਰ ਦੇ ਪਾਲ ਦੀ ਜੋ ਬੁੱਕ ਨੂੰ ਟਰਾਂਸਲੇਟ ਕੀਤੀ ਸੀ ਉਹਦੇ ਉੱਪਰ ਉਹ ਬਣੀ ਹੋਈ ਹੈ ਇਹ ਸੱਚੀ ਮਾਣ ਵਾਲੀ ਗੱਲ ਹੁੰਦੀ ਹੈ ਕਿ ਜਿਹੜੀ ਸਾਹਿਤਕ ਰਚਨਾ ਪਹਿਲਾਂ ਤੋਂ ਆਪਣੇ ਆਪ ਤੋਂ ਸੰਪੂਰਨ ਹੁੰਦੀ ਹੈ ਪਹਿਲਾਂ ਉਹ ਸਰੋਤਿਆਂ ਦੇ ਕੰਨਾਂ ਤੱਕ ਜਾਂਦੀ ਹੈ ਪਾਠਕਾਂ ਦੀਆਂ ਨਜ਼ਰਾਂ ਦੇ ਸਾਹਮਣੇ ਜਾਂਦੀ ਹੈ ਫਿਰ ਉਹ ਇੱਕ ਵੱਡੇ ਕੈਨਵਸ ਤੇ ਜਾ ਕੇ ਫਿਲਮ ਦਾ ਰੂਪ ਧਾਰਨ ਕਰ ਲੈਂਦੀ ਹੈ ਮੈਨੂੰ ਲੱਗਦਾ ਕਿ ਇਹ ਕਲਾਕਾਰ ਦੀ ਸਭ ਤੋਂ ਵੱਡੀ ਤੇ ਕੀਮਤੀ ਕਮਾਈ ਹੁੰਦੀ ਹੈ ਹੈਨਾ ਪਰਮਜੀਤ ਜੀ ਤੁਸੀਂ ਲਗਾਤਾਰ ਗਾਜ਼ਲ ਕਰਦੇ ਹੋ ਇਹਦੇ ਵਿੱਚ ਤੁਸੀਂ ਮੁਸ਼ਾਇਰਿਆਂ 'ਚ ਜਾਂਦੇ ਹੋ ਹਾਂਜੀ ਤਾਂ ਲੋਕ ਤੁਹਾਨੂੰ ਕਿਸ ਹਿਸਾਬ ਨਾਲ ਦੇਖਦੇ ਆ ਇੱਕ ਰਵਾਇਤੀ ਗਾਜ਼ਲ ਗੋ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਜੀ ਪਰਮਜੀਤ ਦੀ ਗਾਜ਼ਲ ਬਿਲਕੁਲ ਵੱਖਰੀ ਹੈ ਜਿੱਥੇ ਵੱਖਰਾ ਸ਼ਬਦ ਅਸੀਂ ਵਰਤਦੇ ਆ ਉੱਥੇ ਪਰਮਜੀਤ ਚ ਵੱਖਰਾ ਕੀ ਹੈ ਉਹ ਮੇਰੇ ਚ ਸ਼ਾਇਦ ਕੋਈ ਸ਼ਬਦਾਂ ਨੂੰ ਲੈ ਕੇ ਮੈਨੂੰ ਪਹਿਲਾਂ ਹੋਇਆ ਵੀ ਸੀ ਕਿ ਮੈਂ ਇਲਾਕਾ ਹੀ ਸ਼ਬਦ ਵਰਤਦਾ ਜਿਵੇਂ ਆ ਪਿੰਡਾਂ ਦਾ ਸ਼ਬਦ ਹੁੰਦਾ ਪਿੰਡਾਂ 'ਚ ਰਹਿਣਾ ਤਾਂ ਮੈਂ ਉਹ ਸ਼ਬਦ ਮਾਲਵਾਇਰੀ ਇਹ ਕਿਹਾ ਜਾਂਦਾ ਕਿ ਜਿਹੜੀ ਮਾਲਵੇ ਦੀ ਜ਼ਰਖੇਸ ਧਰਤੀ ਆ ਇਹਨੇ ਸ਼ਬਦਾਂ ਦਾ ਅਥਾਹ ਭੰਡਾਰ ਆ ਲੋਕਾਂ ਨੂੰ ਤੁਪਕਾ ਤੁਪਕਾ ਕਰਕੇ ਭੰਡਿਆ ਹਨ ਹਨ ਤੇ ਲੋਕਾਂ ਕੋਲੇ ਭੰਡਾਰੇ ਬਹੁਤ ਨੇ ਤੇ ਮੈਂ ਹਮੇਸ਼ਾ ਉਹ ਸ਼ਬਦ ਹੁੰਦਾ ਜੇ ਉਹ ਰੁਟੀਨ ਦੇ ਵਿੱਚ ਆਪਣੇ ਘਰਾਂ 'ਚ ਬੋਲੇ ਜਾਂਦੇ ਆ ਜਾਂ ਮਾਲਵੇ ਦੇ ਪਿੰਡਾਂ 'ਚ ਉਹ ਸ਼ਬਦਾਂ ਨੂੰ ਮੈਂ ਗਜ਼ਲਾਂ ਦੇ ਵਿੱਚ ਲੈ ਕੇ ਆਉਣਾ ਹੁੰਦਾ ਸ਼ਾਇਦ ਤਾਂ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਸੱਭਿਆਚਾਰ ਦੇ ਜਾਂ ਸਭ ਕੁਝ ਦੇ ਨੇੜੇ ਲੱਗਦੀ ਹੈ ਤੇ ਉਹ ਬੜੀ ਖੁਸ਼ੀ ਹੁੰਦੀ ਜਦੋਂ ਇਹੋ ਜਿਹੇ ਸ਼ਬਦ ਕਈ ਸ਼ਬਦਾਂ ਬਾਰੇ ਦੂਜੇ ਇਲਾਕੇ 'ਚ ਪੁੱਛਿਆ ਵੀ ਜਾਂਦਾ ਵੀ ਇਹ ਸ਼ਬਦ ਕੀ ਆ ਜਾਂ ਕਿਸ ਤਰ੍ਹਾਂ ਹੈ ਬਹੁਤ ਚੰਗਾ ਲੱਗਦਾ ਕਿ ਉਹ ਸਾਡਾ ਸ਼ਬਦ ਹੁੰਦਾ ਸਾਡਾ ਲਫ਼ਜ਼ ਹੁੰਦਾ ਹੈ ਹਨਾ ਇੱਕ ਦੋ ਵਾਰ ਮੈਨੂੰ ਕਿਹਾ ਵੀ ਹੈ ਕਿ ਤੂੰ ਜ਼ਿਆਦਾ ਸ਼ਬਦ ਵਰਤਦਾ ਲੱਗਾਈ ਉਹ ਵਰਤਿਆ ਕਰ ਜਿਹੜੇ ਹਰ ਜਗ੍ਹਾ ਚੱਲਦੇ ਆ ਮੈਂ ਉਹ ਹੁੰਦਾ ਵੀ ਕੋਈ ਗੱਲ ਅਸੀਂ ਆਪਣੀ ਮਿੱਟੀ ਦਾ ਮੋਹ ਨਹੀਂ ਛੱਡ ਸਕਦੇ ਮਿੱਟੀ ਦਾ ਮੋਹ ਨਹੀਂ ਛੱਡ ਸਕਦੇ ਹਨਾ ਤੇ ਜਿੱਦਾਂ ਵਰਮਜੀਤ ਜੀ ਅਸੀਂ ਗੱਲ ਕਰਦੇ ਆਂ ਕਿ ਲਗਾਤਾਰ ਹਰ ਕਿਰਤ ਦੇ ਪਿੱਛੇ ਸਾਡੀ ਇੱਕ ਕਮਾਈ ਹੁੰਦੀ ਹੈ ਇੱਕ ਮਿਹਨਤ ਹੁੰਦੀ ਆ ਹਨਾ ਕਮਾਈ ਦਾ ਮੇਰਾ ਮਤਲਬ ਇਹ ਹੈ ਕਿ ਜਿਹੜਾ ਸਾਡਾ ਮਕਸਦ ਆ ਅਸੀਂ ਕਹਿੰਦੇ ਹਾਂ ਜਿਹਨੂੰ ਕਾਲਣਾ ਕਾਲਦੇ ਜਾਂਦੇ ਤੁਹਾਨੂੰ ਸਨਮਾਨ ਵੀ ਪ੍ਰਾਪਤ ਹੋਏ ਹਾਂਜੀ ਸਮਾਨ ਜੀ ਹਾਂ ਜੀ ਜੇ ਮੈਂ ਪ੍ਰੋਗਰਾਮ ਜਾਂਦੇ ਰਹਿੰਨੇ ਹੈਗੇ ਆ ਉੱਥੇ ਬਹੁਤ ਸਨਮਾਨ ਸਨਮਾਨ ਮਿਲਦਾ ਹੈ ਹੂੰ ਤੇ ਵੱਡੇ ਸਨਮਾਨ ਦੀ ਮੈਂ ਇੱਕ ਗੱਲ ਕਰਾਂ ਤੇ ਇੱਕ ਵਾਰ ਮੈਨੂੰ ਸਿੰਗਲ ਹਰਿੰਦਰ ਸੰਧੂ ਜੀ ਦਾ ਫੋਨ ਆਇਆ ਹੂੰ ਤੇ ਮੇਰੀਆਂ ਦੋ ਗਜ਼ਲਾਂ ਉਹਨੇ ਮੈਨੂੰ ਕਿਹਾ ਇੱਕ ਤਾਂ ਸੀ ਹੋ ਕੇ ਗੈਰਾ ਨਾਲ ਤੇ ਅੱਗੋਂ ਆਕੜਦਾ ਹੂੰ ਪੁੱਛਾਂ ਜਦੋਂ ਸਵਾਲ ਤੇ ਅੱਗੋਂ ਆਕੜਦਾ ਤੇ ਇਹ ਉਸ ਦਿੱਲੀ ਧਰਨੇ ਤੇ ਜਾ ਰਹੇ ਸੀਗੇ ਤੇ ਹਰਿੰਦਰ ਸੰਧੂ ਸਾਹਿਬ ਦਾ ਫੋਨ ਆਇਆ ਤੇ ਉਹਨੇ ਮੈਨੂੰ ਉਚੇਚੇ ਤੌਰ ਤੇ ਕਿਹਾ ਕਿ ਇਹ ਕਿਸੇ ਨੂੰ ਦੇ ਨਹੀਂਨੀ ਮੈਂ ਗਾਵਾਂਗਾ ਹੂੰ ਚਾਹੇ ਉਹਨੂੰ ਥੋੜਾ ਜਿਹਾ ਗੀਤ ਵਿੱਚ ਕਨਵਰਟ ਕਰਨਾ ਪਿਆ ਕਿਉਂਕਿ ਗਜ਼ਲ ਫਰਕ ਬਹੁਤ ਫਰਕ ਪੈ ਜਾਂਦਾ ਤੇ ਇਸ ਕਰਕੇ ਉਹਦੇ ਥੋੜੀ ਬਹੁਤ ਮੈਂ ਉਹਨੂੰ ਚੇਂਜ ਕਰਕੇ ਦਿੱਤੀ ਕੁਝ ਹੋਰ ਜੋੜ ਕੇ ਫਿਰ ਉਹ ਗੀਤ ਰਿਕਾਰਡ ਹੋਇਆ ਜੋ ਮੇਰੇ ਆਸਤੇ ਬਹੁਤ ਮਾਨ ਦੀ ਗੱਲ ਸੀਗੀ ਹੂੰ ਔਰ ਅਸੀਂ ਜਿੱਦਾਂ ਗੱਲ ਕਰ ਰਹੇ ਸੀ ਜਿਹੜੀ ਸਾਹਿਤਕਾਰ ਦੀ ਰਚਨਾ ਜਦੋਂ ਵੱਖ-ਵੱਖ ਰੂਪਾਂ 'ਚ ਚਲੀ ਜਾਵੇ ਸਕਰੀਨ 'ਤੇ ਵੀ ਆ ਜੇ ਹਾਂਜੀ ਪਾਠਕ ਉਹਨੂੰ ਗੁੰਗਣਾਉਣ ਲੱਗ ਜਾਣ ਦਰਸ਼ਕ ਉਹਨੂੰ ਕਿਤੇ ਸਕਰੀਨ 'ਤੇ ਦੇਖ ਲੈਣ ਤਾਂ ਇਹ ਬਹੁਤ ਵੱਡੀ ਇੱਕ ਜਿਹੜੀ ਤੁਹਾਡਾ ਸਫਲ ਮਕਾਮ ਤੁਸੀਂ ਉਸ ਤੋਂ ਹਾਸਲ ਕਰ ਲੈਂਦੇ ਹੋ ਹਨਾ ਜੇ ਦੇਖਿਆ ਜਾਵੇ ਪਰਮਜੀਤ ਜੀ ਤੁਹਾਡੀਆਂ ਗਜ਼ਲਾਂ ਲੋਕ ਗੁੰਗਣਾਉਂਦੇ ਵੀ ਹੋਣਗੇ ਬਿਲਕੁਲ ਕਈ ਵਾਰ ਪੋਸਟਰ ਵੀ ਛਪ ਜਾਂਦੇ ਬਿਲਕੁਲ ਹਾਂਜੀ ਹਾਂ ਕਦੇ ਕਿਸੇ ਨੇ ਕੋਈ ਅਸੀ ਘਟਨਾ ਹੋਈ ਹੋਵੇ ਮੰਚ 'ਤੇ ਜਿਹੜਾ ਕਿਹਾ ਹੋਵੇ ਵੀ ਇਹ ਉਹ ਪਰਮਜੀਤਾ ਜੀ ਦੀ ਇਹ ਵਾਲੀ ਗਜ਼ਲ ਹੈ ਹਾਂਜੀ ਇਹ ਹੁਣ اکثر ہی ਹੁੰਦਾ ਰਹਿੰਦਾ ਜਿਵੇਂ ਕਿਸੇ ਸ਼ਹਿਰ ਬਾਜ਼ਾਰ ਜਾਂਨੇ ਆ ਜਾਂ ਕਿਤੇ ਵੀ ਤਾਂ اکثر ਜੋ ਆਪਣੇ ਸਰੋਤੇ ਪੜਨ ਵਾਲੇ ਉਹ ਮਿਲ ਜਾਂਦੇ ਆ ਸਿਫਤ ਸਲਾਹ ਕਰਦੇ ਆ ਕਿ ਅਕਸਰ ਅਸੀਂ ਤੁਹਾਨੂੰ ਪੜਦੇ ਰਹਿੰਨੇ ਆ ਹਰ ਜਗ੍ਹਾ ਉਹ ਇੱਕ ਦੋ ਇਹ ਚਾਂਸ ਹੋਏ ਆ ਫੋਟੋਆਂ ਖਿੱਚ ਕੇ سوشل میڈیا ਤੇ ਵੀ ਪਾਉਂਦੇ ਆ ਕਿ ਇਹ ਰਾਈਟਰ ਇਸ ਤਰ੍ਹਾਂ ਉਹ ਫਿਰ ਆਪਣੇ ਆਪ ਨੂੰ ਥੋੜਾ ਮਾਣ ਮਹਿਸੂਸ ਹੁੰਦਾ ਕਿ ਇਹ ਗਜ਼ਲ ਨੇ ਜਾਂ ਲਿਖਤਾਂ ਨੇ ਰਿਸ਼ਤੇ ਬਹੁਤ ਬਣਾਤੇ तकरीबन ਪੰਜਾਬ ਦੇ ਹਰ ਸ਼ਹਿਰ ਚ ਹਰ ਪਿੰਡ ਚ ਇਹ ਸੋਚ ਸਕਦੇ ਆ ਵੀ ਕੋਈ ਨਾ ਕੋਈ ਜਾਣਦਾ ਹੀ ਆਪਾਂ ਨੂੰ ਤੇ ਪੰਜਾਬ ਤੋਂ ਬਾਹਰ ਵੀ ਦੂਰ ਤੱਕ ਲੋਕਾਂ ਦਾ ਮੋਹ ਪਿਆਰ ਮੁਹੱਬਤ ਬਣੀ ਹੈ ਉਹ ਸਿਰਫ ਲਿਖਣ ਦਾ ਕਰਕੇ ਇਹਦੇ ਗਜ਼ਲਾਂ ਕਰਕੇ ਬਣੀ ਹੈ ਇਹ ਤੁਹਾਡਾ ਇੱਕ ਖੁਆਬ ਹੈ ਜਿਹੜਾ ਪੂਰਾ ਹੋ ਗਿਆ ਕਿ ਲੋਕਾਂ ਦੇ ਵਿੱਚ ਤੁਹਾਡਾ ਸਨੇਹ ਵੱਧ ਗਿਆ ਸਨੇਹ ਵੱਧ ਗਿਆ ਹਾਂ ਕੀ ਜਾਂਦਾ ਜਿਹੜਾ ਸੂਝਵਾਨ ਸਾਹਿਤਕਾਰ ਹੁੰਦਾ ਹਾਂ ਉਹਨੂੰ ਚਿੰਤਾ ਹੁੰਦੀ ਹੈ ਉਹ ਸਮਾਜ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਨੂੰ ਵੇਖਦਾ ਉਹ ਇੱਕ ਉਹਦੀ ਬਖਰੀ ਦ੍ਰਿਸ਼ਟੀ ਹੁੰਦੀ ਹੈ ਹਾਂਜੀ ਜਦੋਂ ਅਸੀਂ ਕਵਿਤਾ ਨੂੰ ਦੇਖਦੇ ਹਾਂ ਸਾਹਿਦੀਆਂ ਵਿਦਾਵਾਂ ਨੂੰ ਦੇਖਦੇ ਹਾਂ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਵੀ ਖਲਵਾੜ ਵੀ ਹੋ ਰਿਹਾ ਹਾਂਜੀ ਤੁਸੀਂ ਇਹਨੂੰ ਉਹ ਚਿੰਤਾ ਦਾ ਵੇਸ਼ ਮੰਨਦੇ ਹੋ ਬਿਲਕੁਲ ਜੀ ਮੈਂ ਸਾਇਤਕਾਰ ਦੀ ਪਹਿਲੀ ਜ਼ਿੰਮੇਵਾਰੀ ਇਹੀ ਮੰਨਦਾ ਹੈ ਜੋ ਸਮਾਜਿਕ ਜਾਂ ਬੁਰਾਈਆਂ ਹੈ ਜਾਂ ਧਾਰਮਿਕ ਜਾਂ ਪਰਿਵਾਰਕ ਚਾਹੇ ਕੋਈ ਕਿਸੇ ਵੀ ਤਰ੍ਹਾਂ ਦੀ ਬੁਰਾਈ ਹੈ ਉਹਦੇ ਖਿਲਾਫ ਉਹ ਆਵਾਜ਼ ਉਠਾਵੇ ਉਹਦੇ ਬਾਰੇ ਗੱਲਬਾਤ ਕਰੇ ਤੇ ਫੇਰ ਹੀ ਉਹ ਸਾਇਤ ਨੂੰ ਆਪਾਂ ਸਿੱਧੇ ਰਸਤੇ ਲਿਜਾ ਸਕਦੇ ਹਾਂ ਸਿਰਫ ਆਪਣੀ ਮਸ਼ਹੂਰੀ ਵਾਸਤੇ ਵਰਤਣਾ ਉਹ ਕੋਈ ਚੰਗੀ ਗੱਲ ਨਹੀਂ ਹੁੰਦੀਗੀ ਇਹਦੇ 'ਚ ਮੈਂ ਇੱਕ ਸ਼ੇਰ ਮੇਰੇ ਤੁਹਾਡੀ ਗੱਲਬਾਤ ਤੋਂ ਯਾਦ ਆਇਆ ਦੋਕ ਸ਼ੇਰ ਮੈਂ ਗਾਜ਼ਲ ਕਹਿਣੀ ਚਾਹਣਾ ਕਿ ਧਰਮ ਦੇ ਪੰਧੀਆਂ ਨੂੰ ਇੱਕ ਨਵਾਂ ਜੰਜਾਲ ਦਿੰਦਾ ਹਾਂ ਧਰਮ ਦੇ ਪੰਧੀਆਂ ਨੂੰ ਧਰਮ ਦੇ ਪੰਧੀਆਂ ਨੂੰ ਜੰਜਾਲ ਦਿੰਦਾ ਇੱਕ ਨਵਾਂ ਜੰਜਾਲ ਦਿੰਦਾ ਹਾਂ ਜਦੋਂ ਮੈਂ ਰਾਮ ਨੂੰ ਨਾਨਕ ਖੁਦਾ ਵਿੱਚ ਢਾਲ ਦਿੰਦਾ ਹਾਂ ਵਾਹ ਜੀ ਵਾਹ ਦੇਖੋ ਇਹਦੇ 'ਚ ਹੁਣ ਗੱਲ ਹੋ ਰਹੀ ਹੈ ਪ੍ਰਮਾਤਮਾ ਇੱਕ ਹੋਣ ਦੀ ਟੰਗ ਵੱਖੋ ਵੱਖਰਾ ਹੁੰਦਾ ਸਾਹਿਤ ਕਰਦਾ ਕਿਵੇਂ ਗੱਲ ਕਰਦਾ ਹਾਂ ਕਿ ਧਰਮ ਦੇ ਪੰਧੀਆਂ ਨੂੰ ਇੱਕ ਨਵਾਂ ਜੰਜਾਲ ਦਿੰਦਾ ਹਾਂ ਜਦੋਂ ਮੈਂ ਰਾਮ ਨੂੰ ਨਾਨਕ ਖੁਦਾ ਵਿੱਚ ਢਾਲ ਦਿੰਦਾ ਹਾਂ ਹਾਂ ਪਰ ਮੇਰਾ ਬੇਟਾ ਹਾਂ ਮੇਰੇ ਤੋਂ ਜਾਂ ਧਰਮ ਦੇ ਅਰਥ ਪੁੱਛਦਾ ਹੈ ਹਾਂ ਮੇਰਾ ਬੇਟਾ ਮੇਰੇ ਤੋਂ ਧਰਮ ਦੇ ਜਦ ਅਰਥ ਪੁੱਛਦਾ ਹੈ ਮੈਂ ਉਸ ਨੂੰ ਪੁੱਤ ਮਿੱਠਿਆ ਜਾਨ ਕਹਿ ਕੇ ਟਾਲ ਦਿੰਦਾ ਹਾਂ ਵਾਹ ਜੀ ਮੈਂ ਬਾਗੀ ਹਾਂ ਸਮਾਜਾਂ ਤੋਂ ਤੇ ਕਟੜ ਸੋਚ ਤੋਂ ਬਾਗੀ ਮੈਂ ਬਾਗੀ ਹਾਂ ਸਮਾਜਾਂ ਤੋਂ ਹਾਂ ਬਾਗੀ ਹਾਂ ਸਮਾਜਾਂ ਤੋਂ ਤੇ ਕਟੜ ਸੋਚ ਤੋਂ ਬਾਗੀ ਭਰਾਵਾਂ ਨੂੰ ਜੋ ਤੋੜੇ ਉਸ ਧਰਮ ਨੂੰ ਗਾਲ ਦਿੰਦਾ ਹਾਂ ਦੇਖੋ ਜੋ ਭਰਾਵਾਂ ਚ ਕੋਈ ਧਰਮ ਜੋ ਤੋੜ ਰਿਹਾ ਹੈ ਤਾਂ ਉਹ ਧਰਮ ਨੂੰ ਆਪ ਧਰਮ ਨਹੀਂ ਕਹਿ ਸਕਦੇ ਉਹ ਮਾੜੀ ਚੀਜ਼ ਹੈ ਤੇ ਸ਼ੇਰ ਦੇਖਣਾ ਕਿ ਤਵਾ ਜਦ ਕਰ ਮੇਰੇ ਅਕਸਰ ਹੀ ਠੰਡਾ ਹੋਣ ਲੱਗਦਾ ਹੈ ਤਵਾ ਜਦ ਕਰ ਮੇਰੇ ਅਕਸਰ ਹੀ ਠੰਡਾ ਹੋਣ ਲੱਗਦਾ ਹੈ ਤਵਾ ਜਦ ਕਰ ਮੇਰੇ ਅਕਸਰ ਹੀ ਠੰਡਾ ਹੋਣ ਲੱਗਦਾ ਹੈ ਮੈਂ ਕੁਝ ਰੀਜਾਂ ਨੂੰ ਕੱਢ ਕੇ ਦਿਲ 'ਚੋਂ ਚੁੱਲ੍ਹੇ ਬਾਲ ਦਿੰਦਾ ਹਾਂ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਸ਼ੁਕਰੀਆ ਜੀ ਸੋ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਜੇ ਆਪਣੇ ਸ਼ੇਰ 'ਚੋਂ ਜਾਂ ਆਪਣੀ ਗਜ਼ਲ 'ਚੋਂ ਜਾਂ ਆਪਣੀ ਕਵਿਤਾ 'ਚੋਂ ਕੋਈ ਚੰਗਾ ਸੁਨੇਹਾ ਕਿਤੇ ਜਾਂਦਾ ਤਾਂ ਉਹ ਜ਼ਰੂਰੀ ਹੈ ਸਭ ਪਰਮਜੀਤ ਮੈਨੂੰ ਤੁਹਾਡੀ ਜਿਹੜੀ ਗੱਲ ਆ ਇਹਦੇ ਤੋਂ ਇੱਕ ਗੱਲ ਯਾਦ ਆ ਗਈ ਹੈ ਰੀਜਾਂ ਨੂੰ ਕਦੇ ਚੁੱਲ੍ਹੇ 'ਚ ਪੁਕਿਆ ਹਾਂਜੀ ਜਦੋਂ ਇੱਕ ਪਾਸੇ ਸਿਰਜਣਾਤਮਕ ਪੱਖ ਚੱਲ ਰਿਹਾ ਦੂਸਰੇ ਪਾਸੇ ਜ਼ਿੰਮੇਵਾਰੀਆਂ ਇਹ ਜ਼ਿੰਮੇਵਾਰੀਆਂ ਹਾਂਜੀ ਤਾਂ ਉਹਦੇ ਵਿਚਕਾਰ ਅਸੀਂ ਇੱਕ ਧੁਰਾ ਬਣ ਕੇ ਘੁੰਮ ਰਹੇ ਹੁੰਨੇ ਆ ਬਿਲਕੁਲ ਜੋ ਹਮੇ ਇਹ ਸਵਾਲ ਪੁੱਛਿਆ ਕਿ ਤੁਸੀਂ ਇੱਕ ਸੂਝਵਾਨ ਚਿੰਤਕ ਵੀ ਹੋ ਗਜ਼ਲ ਦੀ ਤੁਹਾਨੂੰ ਗਹਿਰੀ ਸੂਝ ਆ ਤਾਂ ਮੈਂ ਇਹ ਜਾਨਣਾ ਚਾਹੁੰਨੀ ਆ ਕਿ ਗਜ਼ਲ ਕੋ ਲਈ ਇੱਕ ਰਚਨਹਾਰੇ ਲਈ ਸਿਰਜਣਹਾਰ ਲਈ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਕਿੱਦਾਂ ਇੱਕ ਚੁਣੌਤੀ ਬਣ ਜਾਂਦੀਆਂ ਉਹ ਰਚਨਾ ਦੀ ਜ਼ਿੰਦਗੀ ਵਿੱਚ ਦੇਖੋ ਆਪਣੇ ਜਿਵੇਂ ਇਸ ਤਰ੍ਹਾਂ ਦੇ ਹੁੰਦੇ ਆ ਕੁਝ ਸੁਪਨੇ ਆਪਣੇ ਜਾਂ ਕੁਝ ਕੁਝ ਕੰਮ ਬਾਰੇ ਸੀ ਕਿ ਆਹਾ ਮੈਂ ਕੰਮ ਕਰਨਾ ਜਾਂ ਮੈਂ ਇਸ ਤਰ੍ਹਾਂ ਟੰਗਣਾ ਕੰਮ ਕਰੂੰਗਾ ਪਰ ਘਰੇਲੂ ਹਾਲਾਤ ਕਈ ਵਾਰ ਇਹੋ ਜੇ ਹੋ ਜਾਂਦੇ ਆ ਜਾਂ ਆਪਾਂ ਨੂੰ ਅੱਗੇ ਬਾਰੇ ਸੋਚਣਾ ਜ਼ਰੂਰੀ ਹੋ ਜਾਂਦਾ ਕਿ ਆਹ ਕੰਮ ਜ਼ਰੂਰੀ ਹੈ ਇਹ ਆਪਾਂ ਨੂੰ ਛੱਡੋ ਪਰੇ ਨਹੀਂ ਹੁੰਦਾ ਤਾਂ ਕੋਈ ਚੱਕਰ ਨਹੀਂ ਤਾਂ ਮੇਰੇ ਕੋ ਘਰ ਦੇ ਵਿੱਚ ਵੀ ਇੱਕ ਜਦੋਂ ਕਹਿ ਦਿੰਦੇ ਤੈਨੂੰ ਕੋਈ ਇਸ ਚੀਜ਼ ਦੀ ਘਬਰਾਹਟ ਨਹੀਂ ਹੁੰਦੀ ਮੈਂ ਕਹਿ ਦੇਣਾ ਕੋਈ ਨਾ ਉਹ ਕੋਈ ਨਾ ਸ਼ਬਦ ਹੈ ਇੱਕ ਉਹ ਹੌਸਲਾ ਦਿੰਦਾ ਕਿਸੇ ਵਲੇ ਮੈਨੂੰ ਲੱਗਦਾ ਹੁੰਦਾ ਕੋਈ ਨਾ ਅੱਜ ਦੇ ਸਮੇਂ ਦੇ ਵਿੱਚ ਇੱਕ ਡੋਜ਼ ਹੈ ਜਿਹੜਾ ਤੁਹਾਨੂੰ ਚਿੰਤਾ ਤੋਂ ਮੁਕਤ ਕਰਦਾ ਚਿੰਤਾ ਤੋਂ ਮੁਕਤ ਕਰਦਾ ਹਾਂਜੀ ਹੂੰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹਾਂ ਜ਼ਿੰਮੇਵਾਰੀਆਂ 'ਚ ਬੰਦਾ ਪੈ ਜਾਂਦਾ ਹਾਂਜੀ ਕਈ ਵਾਰ ਜ਼ਿੰਮੇਵਾਰੀਆਂ ਤੁਹਾਡੀ ਕਲਾ ਤੇ ਤੁਹਾਡੇ ਸਿਰਜਣਾਤਮਕ ਪੱਖ ਤੇ ਅਸਰ ਪਾਉਂਦਾ ਕਿਤੇ ਕੋਈ ਐਸਾ ਅਸਰ ਪਿਆ ਜਿੱਥੇ ਤੁਹਾਡੀ ਜਿਹੜੀ ਸਿਰਜਣਾਤਮਕ ਬਿਰਤੀ ਆ ਕਿਤੇ ਡੋਲੀ ਹੋਵੇ ਅ ਥੋੜਾ ਜਿਹਾ ਹੋਇਆ ਸੀ ਜਦੋਂ ਮਾਤਾ ਚਲੇ ਗਏ ਸੀ ਉਹ ਤੋਂ ਮੇਰਾ ਥੋੜਾ ਇਸ ਪਾਸੇ ਉਹ ਲਿੰਕ ਟੁੱਟਿਆ ਸੀਗਾ ਪਰ ਹੁਣ ਫਿਰ ਉਹ ਜੁੜ ਚੁੱਕਿਆ ਤੇ ਉਦੋਂ ਮੈਂ ਸਾਲ ਡੇਢ ਸਾਲ ਥੋੜਾ ਟੁੱਟਿਆ ਰਿਹਾ ਸੀਗਾ ਉਹ ਇਸ ਪੱਖ ਤੇ ਮੇਰੇ ਜਰੂਰ ਫਰਕ ਪਿਆ ਸੀ ਜਿਵੇਂ ਆਪਾਂ ਕਹਿ ਦਈਏ ਕਿ ਸ਼ੇਅਰ ਵਜਨਦਾਰ ਹੋ ਜਾਂਦੇ ਆ ਤੇ ਵਜਨਦਾਰ ਹੋਰ ਹੋ ਜਾਂਦੇ ਆ ਕਿਉਂਕਿ ਆਪਣਾ ਇੱਕ ਦਰਦ ਜਦੋਂ ਵਿੱਚ ਆ ਜਾਂਦਾ ਨਾ ਤਾਂ ਉਹਦੇ ਨਾਲ ਸ਼ੇਅਰ ਦਾ ਵਜਨ ਆਟੋਮੈਟਿਕ ਵੱਜ ਜਾਂਦਾ ਕਿਉਂਕਿ ਉਹਦੇ ਵਿੱਚ ਕੋਈ ਖਾਲੀ ਪੰਚ ਲਿਖਿਆ ਸ਼ੇਅਰ ਨਹੀਂ ਹੁੰਦਾਗਾ ਉਹ ਕਿਤਨਾ ਕਿਤੋਂ ਉਪਜਾਈ ਹੁੰਦਾ ਸ਼ੇਅਰ ਅਸੂ ਦੇ ਵਿੱਚ ਤੇ ਬਿਲਕੁਲ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਜਿਹੜਾ ਜਦੋਂ ਇਨਸਾਨ ਦੇ ਵਿੱਚ ਦੁੱਖ ਸੁੱਖ ਦੀ ਬਿਰਤੀ ਚੱਲਦੀ ਹੈ ਜਾਂ ਕੁਝ ਵੀ ਚੱਲਦਾ ਇਦਾਂ ਦਾ ਤਾਂ ਉੱਥੇ ਸਿਰਜਣਾ ਦਾ ਜਿਹੜਾ ਪੱਖ ਹੁੰਦਾ ਉਹ ਆਪਣੇ ਆਪ ਅੱਗੇ ਤੁਰ ਪੈਂਦਾ ਹੈ ਬਿਲਕੁਲ ਬਿਲਕੁਲ ਜਿੱਦਾਂ ਅਸੀਂ ਗੱਲ ਕਰਦੇ ਹਾਂ ਕਵਿਤਾ ਦੀ ਹਨਾ ਗਜ਼ਲ ਦੀ ਹਾਈਕੂ ਇੱਕ ਛੋਟੀ ਜੀ ਕਿਸਮਾ ਜਿਹਦੇ ਵਿੱਚ 8 ਜਾਂ 10 ਸ਼ਬਦ ਹੁੰਦੇ ਨੇ ਤਾਂ ਇੱਕ ਉਹ ਵੀ ਵਿਧਾ ਹੈਗੀ ਆ ਅੱਜ ਕੱਲ ਜੋ ਕਵਿਤਾ ਚੱਲ ਰਹੀ ਹੈ ਉਹਦੇ ਵਿੱਚ ਕਿੰਨੇ ਸਾਰੇ ਵਰਜਿਤ ਅੰਸ਼ ਆਉਂਦੇ ਨੇ ਉਹ ਜਾਂ ਸੀ ਉਹਨੂੰ ਕਹਿ ਦਈਏ ਮੇਰੀ ਗੱਲ ਵਿਚਾਰ ਹੈ ਕਿ ਜਾਂ ਸੀ ਇਹਨੂੰ ਕਹਿ ਦਈਏ ਵੀ ਇਹ ਫਰਸਟ੍ਰੇਸ਼ਨ ਦਾ ਇੱਕ ਰੂਪ ਹੈ ਹਾਂ ਇਹ ਵੀ ਕਹਿ ਸਕਦੇ ਆ ਜਾਂ ਪੈਸੇ ਮੇਰੇ ਖਿਆਲ ਚ ਤਾਂ ਇਹੀ ਹੈ ਜਿਹੜੀ ਕਵਤਾ ਜਾਂ ਗਾਜ਼ਲ ਹੈ ਜਾਂ ਕੁਝ ਵੀ ਹੈ ਜਿਹੜੀ ਜਿਹੜੀ ਪੁੰਗਰਦੀ ਹੈ ਨਾ ਜਿਵੇਂ ਆਪਾਂ ਨਾਨਕ ਸਾਹਿਬ ਦੀ ਬਾਣੀ ਕਹਿ ਦਈਏ ਉੱਪਰੋਂ ਆਉਂਦੀ ਹੈ ਇਹ ਚੀਜ਼ਾਂ ਤਾਂ ਉੱਪਰੋਂ ਆਪਣੇ ਸਹਿਜ ਮਤੈ ਖਿਆਲਾਂ ਚ ਹੀ ਆਉਂਦੀਆਂ ਨੇ ਬਾਕੀ ਤਾਂ ਜੋ ਆਪਾਂ ਕਰਦੇ ਆ ਉਹ ਨਕਲੀ ਹੁੰਦਾ ਸਾਰਾ ਕੁਝ ਹੂੰ ਤਾਂ ਇਸ ਕਰਕੇ ਜਿਵੇਂ ਹਾਈਕੂ ਦੀ ਤੁਸੀਂ ਗੱਲ ਕੀਤੀ ਹੈਗੀ ਆ ਉਹਦੇ ਚ ਪਹਿਲਾਂ 5 ਸ਼ਬਦ ਹੁੰਦੇ ਆ ਫਿਰ ਦੂਸਰੀ ਲਾਈਨ ਚ 7 ਲੜੀ ਚ ਫਿਰ ਪੰਜ ਸਬਦ ਹੁੰਦੇ ਆ ਤਾਂ ਉਹ ਤਾਂ ਇੱਕ ਵਿਦਾ ਹੋ ਗਈ ਵਿਦਾ ਚਾਹੇ ਕੋਈ ਵੀ ਹੋਵੇ ਵਿਦਾ ਮੈਨਾ ਨਹੀਂ ਰੱਖਦੀ ਗੀ ਗੱਲ ਖਿਆਲ ਆਉਂਦੀ ਆ ਵੀ ਕਿਸ ਟੰਗ ਨਾਲ ਆਉਂਦਾ ਹਾਂ ਬਿਲਕੁਲ ਸਹੀ ਗੱਲ ਪਰਮਜੀਤ ਜੀ ਤੁਸੀਂ ਸਾਡੇ ਨਾਲ ਜੁੜੇ ਗੱਲਾਂ ਬਾਤਾਂ ਕੀਤੀਆਂ ਸਭ ਤੋਂ ਚੰਗੀ ਗੱਲ ਇਹ ਆ ਕਿ ਸਾਹਿਦਾ ਜਿਹੜਾ ਸਭ ਤੋਂ ਇੱਕ ਠੋਸ ਪੱਖ ਹੈ ਜਾਂ ਕਹਿ ਦਈਏ ਠੋਸ ਵਿਦਾ ਉਹ ਗਜ਼ਲ ਹੈ ਗਜ਼ਲ ਦੇ ਵਿੱਚ ਬਹੁਤ ਸਾਰਾ ਖਿਆਲ ਰੱਖਿਆ ਜਾਂਦਾ ਇੱਕ ਮਨ ਦਾ ਖਿਆਲ ਹੁੰਦਾ ਇਹ ਕੇਸ ਕਰਕੇ ਖਿਆਲ ਰੱਖਿਆ ਜਾਂਦਾ ਕਿ ਗਜ਼ਲ ਦੇ ਵਿੱਚ ਕੋਈ ਗੜਬੜ ਨਾ ਹੋ ਜੇ ਗੜਬੜ ਨਾ ਹੋਣਾ ਹੈਨਾ ਤਾਂ ਉਹਦੇ ਜਿਹੜੇ ਤੁਸੀਂ ਤਕਨੀਕੀ ਪੱਖ ਹੈ ਸਾਡੇ ਦਰਸ਼ਕਾਂ ਦੇ ਨਾਲ ਸਾਡੇ ਪਾਠਕਾਂ ਦੇ ਨਾਲ ਵੀ ਸਾਂਝੇ ਕੀਤੇ ਆ ਸਾਨੂੰ ਚੰਗਾ ਲੱਗਾ ਕਿ ਤੁਹਾਡੀ ਇਲਾਹੀ ਨਾਦ ਕਿਤਾਬ ਵੀ ਆ ਰਹੀ ਹੈ ਤੁਸੀਂ ਲਗਾਤਾਰ ਪਾਠਕਾਂ ਤੇ ਦਰਸ਼ਕਾਂ ਦੇ ਵਿੱਚ ਵਿਚਰਦੇ ਹੋ ਤੇ ਪੰਜਾਬੀ ਸਾਹਿਤ ਦੀ ਜਿਹੜੀ ਗਜ਼ਲ ਦਾ ਖੇਤਰਾ ਇਹਦੇ ਵਿੱਚ ਆਪਣਾ ਚੰਗਾ ਯੋਗਦਾਨ ਪਾ ਰਹੇ ਹੋ ਤੇ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ ਸਾਡੇ ਨਾਲ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਚੰਗਾ ਲੱਗਾ ਕਿ ਗਜ਼ਲ ਦਾ ਜਿਹੜਾ ਨਵਾਂ ਪੱਖ ਹੈ ਤੇ ਗਜ਼ਲ ਦਾ ਰਵਾਇਤੀ ਰੂਪ ਆ ਅਸੀਂ ਉਹਦੇ ਵੀ ਰੂਪ ਰੂਪ ਹੋਏ ਆ ਤੁਹਾਡਾ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਸੋ ਦਰਸ਼ਕ ਸਾਡਾ ਸਾਹਿਤਿਕ ਤੰਦਾ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੂਗਾ ਅਸੀਂ ਹਰ ਬਾਰ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਦੇ ਨਾਲ ਜੁੜੇ ਹੋਏ ਹਾਂ ਤੇ ਹੁਣ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ